ਗੁਰੂ ਸਾਹਿਬਾਨ ਭਗਤਾਂ ਸਿੱਖ ਪੱਖ ਉਹਨਾਂ ਦਾ ਪ੍ਰੈਕਟੀਕਲ ਗੁਰੂ ਗ੍ਰੰਥ ਸਾਹਿਬਾਨ ਦੀ ਬਾਣੀ ਦੇ ਰੂਪ ਦੇ ਵਿੱਚ ਸਾਡਾ ਮਾਰਗਦਰਸ਼ਨ ਕਰਦੇ, ਅਗਵਾਈ ਕਰਦੇ। ਹੁਣ ਜੋ ਆਪਾਂ ਭੁੱਲ ਚੁੱਕੇ ਹੁੰਦੇ ਹਾਂ, ਆਪਾਂ ਕਿਸੇ ਨੇ ਕਿਸੇ ਨੂੰ ਤਾਂ ਪੁੱਛ ਰਹੇ ਹਾਂ ਕਿ ਅਸੀਂ ਆਹ ਭੁੱਲ ਗਏ, ਸਾਨੂੰ ਦੱਸੋ। ਹੁਣ ਸਾਰੇ ਜਣੇ ਆਪਾਂ ਭੁੱਲ ਗਏ, ਕੀ ਭੁੱਲੇ, ਕਿੱਥੋਂ ਆਏ ਹਾਂ, ਭੁੱਲ ਗਏ, ਕੀ ਕਰਨਾ ਹੈ, ਭੁੱਲ ਗਏ, ਕਰਨਾ ਕੀ ਸੀ, ਭੁੱਲ ਗਏ, ਕਰ ਕੀ ਰਹੇ ਹਾਂ। ਇੱਕ ਦਿਨ ਜਾਣਾ ਹੈ, ਜੋ ਆਇਆ ਸੋ ਚੱਲ ਸੀ, ਕਿੱਥੋਂ ਆਏ ਹਾਂ, ਕਿੱਥੇ ਜਾਣਾ, ਇਹ ਸਾਰਾ ਭੁੱਲ ਗਏ। ਫਿਰ ਮਹਾਰਾਜ ਦੀ ਬਾਣੀ ਦੇ ਵਿੱਚ ਦੱਸਿਆ ਗਿਆ ਕੋਈ ਭੇਜਣ ਵਾਲਾ ਹੈਗਾ ਜਿਹਨੇ ਇੱਥੇ ਆਪਾਂ ਨੂੰ ਘੱਲਿਆ, ਜਿਹਨੇ ਇੱਥੇ ਘੱਲਿਆ। ਪੜ੍ਹਦੇ ਨਾ ਜੇ ਚੀਰੀ ਲਿਖਿਆ ਕਿਹਾ ਹੁਕਮ ਕਮਾਏ ਘੱਲੇ ਆਵੇ ਨਾਨਕ, ਇਹਦਾ ਮਤਲਬ ਕਿ ਘੱਲਿਆ ਕਿਸੇ ਨੇ ਆਪਾਂ ਨੂੰ। ਉਹ ਘੱਲਣ ਵਾਲਾ ਜਿਹੜਾ ਹੈ ਉਹ ਸਾਡਾ ਪਿਤਾ ਹੈ, ਉਹੀ ਸਾਡੀ ਮਾਂ ਹੈ, ਉਹੀ ਸਾਡਾ ਭਰਾ ਹੈ, ਉਹੀ ਰਿਸ਼ਤੇਦਾਰ ਹੈ, ਉਹ ਹੈ ਰੱਬ। ਜਦੋਂ ਆਪਾਂ ਇੱਕ ਕਹਿੰਦੇ ਹਾਂ, ਕੀ ਕਹਿੰਦੇ, ਇੱਕ, ਜਿੱਥੋਂ ਬਾਣੀ ਸ਼ੁਰੂ ਹੁੰਦੀ। ਕਈ ਵਾਰੀ ਅਸੀਂ ਪੁੱਛਦੇ ਹਾਂ ਗੁਰਮੁਖਾਂ ਨੂੰ ਜੀ ਦੱਸੋ ਬਾਣੀ ਕਿੱਥੋਂ ਸ਼ੁਰੂ ਹੁੰਦੀ, ਉਹ ਸਾਰਿਆਂ ਦਾ ਇੱਕ ਸ਼ਬਦ ਰੱਟਿਆ ਰਟਾਇਆ ਹੁੰਦਾ, ਕਹਿੰਦੇ ਜੀ ਇੱਕ ਓਂਕਾਰ ਮੈਂ ਨਹੀਂ, ਬਾਣੀ ਸ਼ੁਰੂ ਹੁੰਦੀ ਇੱਕ, ਏਕ ਅਲੱਗ ਓਂਕਾਰ ਅਲੱਗ, ਇੱਕ ਤੋਂ ਸ਼ੁਰੂ ਹੁੰਦੀ। ਜੇ ਇੱਕ ਤੋਂ ਸ਼ੁਰੂ ਹੁੰਦੀ ਤਾਂ ਹੀ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਨਾ, ਗੁਰਾ ਇੱਕ ਦੇ ਬਜਾਈ ਸਭਨਾ ਦੀਆਂ ਕਾ ਇੱਕ ਦਾਤਾ ਸੋ ਮੈਂ ਦੂਸਰ ਨਾ, ਕਰਨ ਕਾਰਨ ਪ੍ਰਵੇਕ ਹੈ ਦੂਸਰ ਨਾ ਹੀ ਤੁਰੇ। ਹੁਣ ਉਹ ਜੋ ਇੱਕ ਹੈ ਮਾਲਕ, ਮਨ ਤੌਰ ਤੇ ਮਾਇੰਡ ਤੌਰ ਤੇ ਅਸੀਂ ਉਹਦੇ ਪੁੱਤ, ਸਰੀਰ ਤੌਰ ਤੇ ਅਜੇ ਚੰਮ ਵਰਗੀ ਰਹਿੰਦੇ, ਇਹਦੇ ਤੋਂ ਸਾਡੇ ਮਾਂ ਪਿਓ ਵੀ ਚੰਮ ਵਰਗੀ ਨੇ ਅਸੀਂ, ਪਰ ਸਾਡੇ ਮਨ ਦਾ, ਸਾਡੇ ਪਿਓ ਦੇ ਮਨ ਦਾ, ਸਾਡੇ ਬੱਚਿਆਂ ਦੇ ਮਨ, ਸਾਰਿਆਂ ਦੇ ਮਨ ਤੇ ਜਿੰਨੇ ਮਨ ਹੈ ਸਾਰਿਆਂ ਦਾ ਮਾਂ ਪਿਓ ਇੱਕੋ ਹੀ, ਇੱਕ ਪਿਤਾ ਇੱਕ ਸਕੇ ਹੰਬਰ, ਹਰ ਜੀ ਮਨ ਹਰ ਜੀ ਪਿਤਾ ਹਮ ਹਰ ਕੀ ਬਾਤ। ਉਹ ਮਾਲਕ ਨੇ ਜਦੋਂ ਮਨ ਬੱਚੇ ਨੂੰ ਇੱਥੇ ਭੇਜਿਆ ਤੇ ਉਸ ਭੁੱਲ ਗਿਆ, ਭੁੱਲਿਆ ਕਿਵੇਂ, ਉਹਨੂੰ ਭੁਲਾਇਆ ਗਿਆ, ਭੁਲਾਇਆ ਕਿਵੇਂ ਗਿਆ, ਪੁਆਲੀ ਦਿੱਤੀ ਗਈ, ਪੁਆਲੀ ਸਮਝਦੇ ਨਾ। ਹੁਣ ਤਾਂ ਬੱਚੇ ਮੋਬਾਈਲਾਂ ਤੇ ਖੇਡਾਂ ਖੇਡਦੇ ਨੇ, ਗੇਮਾਂ ਫਿਜੀਕਲ ਨਹੀਂ ਖੇਡਦੇ, ਅੱਗੇ ਬੱਚੇ ਫਿਜੀਕਲ ਖੇਡ ਖੇਡਦੇ, ਭੱਜਦੇ ਸੀ, ਲੁੱਕ ਲੁੱਕਦੇ ਸੀ। ਉਦੋਂ ਇੱਕ ਖੇਡ ਹੁੰਦੀ ਸੀ, ਉਹ ਖੇਡ ਕੀ ਸੀ ਕਿ ਅੱਖਾਂ ਤੇ ਪੱਟੀ ਬੰਨ ਦਿੱਤੀ ਜਾਂਦੀ ਸੀ, ਕੱਪੜਾ ਬੰਨ ਦਿੱਤਾ ਜਾਂਦਾ ਤੇ ਉਹਨੂੰ ਘੁਮਾ ਕੇ ਛੱਡ ਦਿੱਤਾ ਜਾਂਦਾ ਕਿ ਤੂੰ ਹੁਣ ਉਹਦੇ ਨੇੜੇ ਨੇੜੇ ਰਹਿੰਦੇ ਸੀ, ਜਿਹਨੂੰ ਹੱਥ ਲੱਗੇਗਾ ਫਿਰ ਉਹਦੀ ਬਾਰੀ ਹੈ, ਉਹ ਐਂ ਲੰਮਾ ਹੱਥ ਮਾਰਦਾ ਸੀ। ਉਹ ਜਦੋਂ ਉਹਨੂੰ ਪੱਟੀ ਬੰਨ ਕੇ ਘੁਮਾ ਕੇ ਛੱਡਦੇ ਸੀ, ਉਹਨੂੰ ਕਹਿੰਦੇ ਸੀ ਪੁਹਾਲੀ ਦੇ ਕੇ ਛੱਡਿਆ, ਕੀ ਦੇ ਕੇ ਛੱਡਿਆ, ਪੁਹਾਲੀ ਦੇਤੀ ਉਹਨੂੰ ਘੁਮਾਤਾ। ਜਦੋਂ ਆਪਾਂ ਨੂੰ ਮਾਲਕ ਨੇ ਇੱਥੇ ਭੇਜਿਆ ਤੇ ਪੁਹਾਲੀ ਦਿੱਤੀ, ਜਦੋਂ ਪੁਹਾਲੀ ਦਿੱਤੀ ਅਸੀਂ ਪਿਛੋਕੜ ਭੁੱਲ ਗਏ, ਕੀ ਭੁੱਲ ਗਏ, ਸਾਨੂੰ ਭੇਜਣ ਵਾਲਾ ਕੌਣ, ਭੁੱਲ ਗਏ, ਲਿਵ ਟੁੱਟ ਗਈ। ਦੀ ਪੁਹਾਲੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਦੱਸਿਆ, ਦੀ ਪੁਹਾਲੀ ਪੁਰਖ ਵਿਧਾਤੇ ਬਹੁਤ ਬਹੁਤ ਜਨਮਾਂ ਦੇ, ਐਸੀ ਪੁਹਾਲੀ ਦਿੱਤੀ ਅਸੀਂ ਜਨਮਾਂ ਦੇ ਵਿੱਚ ਅੱਗੇ ਦੀ ਅੱਗੇ ਜੰਮਣ ਵੱਲ ਪੈ ਗਈ। ਇਸ ਮਾਲ ਮਿਲਣ ਵਾਸਤੇ ਮਨੁੱਖ ਜੰਮਿਆ ਸੀ ਭਾਈ ਪ੍ਰਾਪਤ,
ਮਾਨਸ ਦੇਵ ਗਿਆ, ਗੋਬਿੰਦ ਮਿਲ ਗਈ ਕਿ ਕੀ ਬਣ ਗਿਆ, ਉਹਨੂੰ ਪੁੱਛ ਗਈ ਬਰਾਬਰ ਨੂੰ ਬਣਾ ਗਈ ਤੇ ਕੰਮਾਂ ਦਾ ਪ੍ਰੈਫਰੈਂਸ ਦੇ ਵਿਆਹ ਦੇ ਦਿੱਤੀ ਕੰਡਕਟਿਆਂ ਨੇਪਲ ਜਨਮ ਜਨਮ ਗਵਾਇਆ ਸੁਖਦਾਤਾ ਮਨਸਾਇਆ ਜਿਸ ਪਿਤਾ ਦੀ ਜਾ ਕੇ ਸਾਨੂੰ ਮਿਲਣੇ ਸੀ ਤੁਮਰੀ ਕਿਰਨ ਸੁਖ ਕਨੇਰੇ ਨਾ ਜਾਣੇ ਵਾ ਅੰਤ ਪੁੱਛੇ ਉਹਦੀ ਸ਼ਰ ਜਾਣਾ ਸੀ ਜਿੱਥੇ ਜਾ ਕੇ ਸੁੱਖ ਹੀ ਸੁੱਖ ਮਿਲਣੇ ਸੀ ਉਹ ਆਪਾਂ ਗਏ ਹੁਣ ਗੁਰੂ ਸਮਝਾ ਰਹੇ ਨੇ ਕਿ ਅਸੀਂ ਗੁਰੂ ਸਾਹਿਬ ਜੀ ਦੀ ਗੁਰੂ ਪੁੱਛਣਾ ਤੇ ਮਹਾਰਾਜ ਵੀ ਜਿਹਨੂੰ ਅਸੀਂ ਮਿਲਣਾ ਰੂਪ ਰੰਗ ਹੈ ਜਿਹਨੂੰ ਅਸੀਂ ਮਿਲਣਾ ਜਿਹਨੂੰ ਵਾਸਤੇ ਭਾਈ ਬੁਰਾ ਮਾਨਕ ਦੇਵ ਜੀ ਗੋਬਿੰਦ ਮਿਲ ਗਈ ਉਹਦਾ ਕੋਈ ਰੂਪ ਰੰਗ ਹੈ ਤੇ ਮਹਾਰਾਜ ਕਹਿੰਦੇ ਉਹਦਾ ਗੁਰੂ ਰੰਗ ਰੂਪ ਨਾ ਰੇਖ ਨਾ ਰਾਕੇਸ਼ ਰਹਿਗੁਣ ਦੇ ਪ੍ਰਭਿੰਨ ਕਿਸੇ ਆਏ ਨਾਨਕ ਜਿਸ ਹੋਵੇ ਜੇ ਰੂਪ ਰੰਗ ਨਹੀਂ ਹੈ ਸਾਡੇ ਮਾਂ ਪਿਓ ਵੀਰਾਂ ਦੇ ਇਹਨਾਂ ਦਾ ਰੰਗ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦਾ ਕੋਠੀਆਂ ਰਸਤਾਂ ਦਾ ਫਸਲਾਂ ਦਾ ਸਾਰਿਆਂ ਦਾ ਰੂਪ ਰੰਗ ਹੈ ਪਰ ਮਾਲਕ ਦਾ ਰੂਪ ਰੰਗ ਹੈ ਤੇ ਹੈਗਾ ਤੇ ਜੇ ਹੈਗਾ ਕੇਸਰਾਂ ਦਾ ਹੋਏਗਾ ਨਾ ਉਹਦਾ ਰੂਪ ਕੋਈ ਤਾਂ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਵਿੱਚ ਦੱਸਦੇ ਨੇ ਕਿ ਮਾਲਕ ਕਹਿੰਦੇ ਉਹ ਸਦਾ ਮਾਲਾ ਹੈ ਉਹ ਨਿਰੰਕਾਰ ਜੋ ਕਿ ਪਾਲੇ ਸਾਈ ਪਰਿਕਾਰ ਤੁਸਾ ਸਲਾਮਤ ਨਿਰੰਕਾਰ ਅਕਾਰ ਨਹੀਂ ਜਿੰਨੇ ਵੀ ਉਹਨਾਂ ਦੇ ਆਕਾਰ ਨੇ ਕੀ ਹੈ ਜੀ ਆਕਾਰ ਤੇ ਮਾਲਕ ਨਿਰੰਕਾਰ ਫਿਰ ਬੇਨਤੀ ਕੀ ਸੱਚੇ ਪਾਤਸ਼ਾਹ ਸਮਝ ਲਈ ਨਿਰਾਕਾਰ ਦੱਸਿਆ ਵੀ ਫਿਰ ਵੀ ਹੈ ਸਾਰੇ ਸਾਨੂੰ ਦਰਸ਼ਨ ਦੇਵੇ ਰੱਬ ਦਰਸ਼ਨ ਦੇਵੇ ਅਸੀਂ ਕਿਵੇਂ ਪਛਾਣ ਕੇ ਆਜੀ ਰੱਬ ਫਿਰ ਹੁਣ ਬਿਲਕੁਲ ਸੁੱਖ ਹੈ ਦਰਸ਼ਨ ਰਾਤ ਹੋਵੇ ਪੂਰਨਮਾਸੀ ਰਾਤ ਹੋਵੇ ਅੱਧੀ ਜਰਾ ਤੁਸੀਂ ਬਾਹਰ ਕਰਕੇ ਵੇਖੋ ਰਾਤ ਹੁੰਦੀ ਉਹਨੂੰ ਚਾਨਣੀ ਜਿਵੇਂ ਚਾਨਣੀ ਹੁੰਦੀ ਹੈ ਇਸ ਤਰ੍ਹਾਂ ਮਹਿਮਾ ਜਿਹਦੇ ਵਿੱਚ ਸੱਤ ਕਹਿੰਦੇ ਆ ਜੇ ਸੱਤ ਨੂੰ ਆਪਾਂ ਵਿੱਚ ਪੜ੍ਹੀਏ ਸੱਤ ਕਹਿੰਦੇ ਆਦਿ ਸੱਚ ਤੇ ਹੁਣ ਬਾਣੀ ਦੇ ਵਿੱਚ ਸਾਰੀ ਭਾਈ ਤੇ ਗੁਰੂ ਨਾਨਕ ਦੇਵ ਜੀ ਕਲੀਅਰ ਕਰਨ ਲੱਗੇ ਨੇ ਵੀ ਰੱਬ ਜੋ ਹੈ ਜਿੰਨਾ ਗੁਰੂ ਰੰਗ ਨਹੀਂ ਆਖਿਰ ਹੈ ਤੇ ਕਿਸ ਤਰ੍ਹਾਂ ਦਾ ਹੈ ਕੀ ਕਹਿੰਦੇ ਕਹਿੰਦੇ ਬੋਲੇ ਗੋਪੀ ਬੋਲੇ ਗੋਪੀ ਚੰਦ ਸੱਤ ਸਰੂਪ ਬੋਲੇ ਗੋਪੀ ਚੰਦ ਸੱਤ ਸਰੂਪ ਪਰਮ ਤੱਤ ਮੈਂ ਰੇਖ ਨਾ ਰੂਪ ਉਹਦੀ ਨਾ ਗੱਲ ਹੋਈ ਰੂਪ ਨਾ ਰੇਖ ਨਾ ਤੇ ਉਸ ਪਰਮ ਤੱਤ ਦਾ ਕੋਈ ਰੂਪ ਰੇਖ ਨਹੀਂ ਹੈ ਤੇ ਹੁਣ ਚੰਦਰਮਾ ਕਿਸ ਤਰ੍ਹਾਂ ਹੁੰਦਾ ਪ੍ਰਕਾਸ਼ ਕੀ ਹੁੰਦਾ ਜੀ ਲਾਈਟ ਚਾਨਣ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਚੱਲ ਮੂਰਤਨ ਭਾਉ ਪ੍ਰਕਾਸ਼ ਦੋ ਕਹੀ ਜਾ ਜੋ ਤਾਂ ਪ੍ਰਕਾਸ਼ ਆ ਅਨਹਦ ਪ੍ਰਕਾਸ਼ ਬਹੁਤ ਵੱਡਾ ਪ੍ਰਕਾਸ਼ ਉਹ ਪ੍ਰਕਾਸ਼ ਦੇ ਵਿੱਚੋਂ ਮਨ ਆਇਆ ਮਨ ਨੂੰ ਪੈਦਾ ਕੀਤਾ ਮਾਲਕ ਨੇ ਤੇ ਜਿਸ ਤਰ੍ਹਾਂ ਦਾ ਪਿਤਾ ਮਾਂ ਪਿਓ ਉਹ ਜਿਹੇ ਉਹਦਾ ਪੁੱਤ ਤੇ ਮਨ ਬੱਚਾ ਮਨ ਕਿਸ ਤਰ੍ਹਾਂ ਦਾ ਬਾਬਾ ਕਬੀਰ ਜੀ ਕਹਿੰਦੇ ਰਿਸ਼ੀ ਲੋਕ ਹੋਏ ਨੇ ਸ਼ੇਖ ਵੀ ਹੋਏ ਨੇ ਅਰਬ ਕੰਟਰੀਆਂ ਦੇ ਵਿੱਚ ਹੋਰ ਵੀ ਬੜੇ ਲੋਕ ਹੋਏ ਨੇ ਲੇਕਿਨ ਉਹਨਾਂ ਵੀ ਆਪਦਾ ਮਨ ਆਪ ਮਨ ਵਿੱਚ ਨਹੀਂ ਆ ਕੀ ਕਹਿੰਦੇ ਅਗਰ ਨਾਰਦ ਮੁਨ ਸੇਖਾ ਮੁਨੀ ਲੋਕਾਂ ਨੇ ਦੇਖਿਆ ਸੇਖ ਲੋਕਾਂ ਨੇ ਮੁਨ ਸੇਖਾ ਤਿੰਨ ਭੀ ਤਨ ਮੇਂ ਮਨ ਨਹੀਂ ਕਹਿੰਦੇ ਉਹਨੇ ਵੀ ਤਨ ਦੇ ਵਿੱਚ ਆਪਦਾ ਮੁਨੀ ਲਿਖਿਆ ਤੇ ਹੁਣ ਆਪਾਂ ਦੇ ਵਿੱਚ ਮਨ ਲਿਖਣਾ ਕੀ ਲਿਖਣਾ ਪਹਿਲਾਂ ਤਾਂ ਆਪਾਂ ਮਨ ਦੀ ਜਾਣਕਾਰੀ ਲਈਏ ਨਾ ਮਨ ਦੀ ਆਪਾਂ ਸ਼ਿਕਾਇਤ ਲਾਉਂਦੇ ਹਾਂ ਜਦੋਂ ਕੋਈ ਸਾਂ ਪੁਰਸ਼ ਸਾਡੇ ਆਉਂਦਾ ਹੈ ਜਾਂ ਆਪਾਂ ਉਹਦੇ ਜਾਂਦੇ ਹਾਂ ਤੇ ਆਪਾਂ ਇਹ ਕਰਦੇ ਹਾਂ ਜਿਵੇਂ ਪਾਠ ਕਰਾਂ
ਜੀ ਮੈਂ ਮਾਫੀ, ਮੇਰਾ ਮਨ ਨਹੀਂ ਟੇਕਦਾ। ਕਈ ਵਾਰ ਆ ਜਾਂਦੇ ਪੁਰਾਣੀ ਰਿਸ਼ਤੇਦਾਰੀ ਚ ਜਾਂਦਾ, ਉੱਥੇ ਚਿੱਤ ਨਹੀਂ ਲੱਗਦਾ, ਚਿੱਤ ਨਹੀਂ ਕਿਉਂਕਿ ਜੀ ਨਹੀਂ ਲੱਗਦਾ। ਕੀ ਨਹੀਂ ਲੱਗਦਾ? ਜੀ ਵੀ ਕੋਈ ਗੱਲ ਸਭਨਾ ਜੀਆਂ ਟੇਕਦਾ ਤਾਂ ਆਪਾਂ ਪਹਿਲਾਂ ਚਿੱਤ ਹੁੰਦਾ। ਤੇ ਹੁਣ ਜਦੋਂ ਸਾਨੂੰ ਪਤਾ ਹੀ ਨਹੀਂ ਮਨ ਦਾ, ਤੇ ਫਿਰ ਕਿਵੇਂ ਲੱਭਾਂਗੇ ਆਪਾਂ? ਹੁਣ ਆਪਾਂ ਪੁੱਛਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੀ ਮਨ ਤੁਸੀਂ ਦੱਸਿਆ ਵੀ ਉਹਨਾਂ ਨੇ ਵੀ ਨਹੀਂ ਦੇਖਿਆ, ਫਿਰ ਅਸੀਂ ਦੇਖਣਾ ਚਾਹੁੰਦੇ ਹਾਂ, ਸਾਨੂੰ ਦੱਸੋ। ਤੇ ਹੁਣ ਗੁਰਬਾਣੀ ਦੇ ਵਿੱਚ ਦੱਸਿਆ ਹੋਇਆ ਵੀ ਮਨ ਕਿਸ ਤਰ੍ਹਾਂ ਦਾ, ਤੇ ਹੁਣੇ ਤੁਸੀਂ ਚੈੱਕ ਕਰ ਲੈਣਾ। ਗੁਰੂ, ਵੱਡੀ ਲੰਬੀ ਚੌੜੀ ਗੱਲ ਨਹੀਂ ਹੈ, ਪਰ ਜੇ ਧਿਆਨ ਨਾਲ ਸੁਣਾਂਗੇ, ਜਿਵੇਂ ਗੁਰਮੁਖਾਂ ਨੇ ਕਿਹਾ ਸੀ, ਉਹ ਸਰੀਰ ਇੱਥੇ ਹੋਵੇ ਤੇ ਮਨ ਕਿਤੇ ਹੋਰ ਨੱਕੇ ਮੋੜਦਾ ਹੋਵੇ, ਹਨਾ, ਇਹ ਨਹੀਂ ਪਤਾ ਲੱਗਣਾ। ਤਨ ਦੇ ਨਾਲ ਮਨ ਵੀ ਹਾਜ਼ਰ ਹਾਜ਼ਰ ਤਾਂ ਜੇ ਸੁਣੋਗੇ, ਜੇ ਸੁਣਾਂਗੇ ਨਹੀਂ ਤਾਂ ਹਾਜ਼ਰ। ਆਪਾਂ ਪੁੱਛਿਆ ਮਹਾਰਾਜ ਵੀ ਮਨ ਆਖਿਰ ਹੈ ਤੇ ਕਿਸ ਤਰ੍ਹਾਂ ਦਾ? ਉਹ ਕਹਿੰਦੇ ਸ਼ੀਸ਼ੇ ਵਰਗਾ। ਕਿਹਦੇ ਵਰਗੇ? ਸ਼ੀਸ਼ੇ ਵਰਗਾ। ਮਹਾਰਾਜ ਕਹਿੰਦੇ ਇਹ ਮਨ ਆਰਸੀ, ਇਹ ਮਨ ਆਰਸੀ ਕਹਿੰਦੇ ਆ, ਇਹ ਮਨ ਆਰਸੀ ਕੋਈ ਗੁਰਮੁਖ ਵਿਖੇ, ਗੁਰਮੁਖ ਕਰੋੜਾ ਮਗਰਿਖ ਵਿਖੇ। ਹੁਣ ਤੁਸੀਂ ਦੇਖਣਾ ਚਾਹੁੰਦੇ ਹੋ, ਮਾਲਕ ਵੱਡਾ ਚਾਨਣਾ, ਇਹ ਛੋਟਾ ਜਿਹਾ ਚਾਨਣ, ਬੂੰਦ ਵਰਗਾ, ਮਾਲਕ ਸਾਗਰ ਵਰਗਾ, ਸਮੁੰਦਰ ਜਿੱਡਾ, ਤੇ ਮਨ ਬੂੰਦ ਜਿੱਡਾ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਵਣ ਬੁੱਝੇ ਵਿਧ ਜਾਣ। ਫਿਰ ਉਹ ਦੱਸ ਰਹੇ ਨੇ ਆਪਾਂ ਨੂੰ, ਕਹਿੰਦੇ ਉਹ ਜੋ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮੁਖੀ ਨਾਲ, ਮਨ ਦੇ ਨਾਲ ਆ ਹਰੀ। ਹੁਣ ਜਦੋਂ ਪਤਾ ਹੀ ਨਹੀਂ ਮਨ ਕਿੱਥੇ, ਫਿਰ ਕਿਵੇਂ ਆਪਾਂ ਹਰੀ ਨੂੰ ਦੇਖਾਂਗੇ? ਕਿਆ ਉਹ ਫਿਰ ਪੁੱਛਦੇ ਹਾਂ ਆਪਾਂ ਵੀ ਉਹ ਸ਼ੀਸ਼ਾ ਕਿੱਥੇ ਆ? ਪਹਿਲਾਂ ਤਾਂ ਸ਼ੀਸ਼ਾ ਦੇਖੀਏ। ਹੁਣ ਤੁਸੀਂ ਮੈਨੂੰ ਦੇਖ ਰਹੇ ਹੋ, ਮੈਂ ਤੁਹਾਨੂੰ ਦੇਖਦਾ, ਤੁਸੀਂ ਆਪਦੇ ਘਰੇ ਪਰਿਵਾਰ ਦੇ ਮੈਂਬਰਾਂ ਨੂੰ ਦੇਖ ਰਹੇ ਹੋ, ਬੱਚਿਆਂ ਨੂੰ ਦੇਖ ਰਹੇ ਹੋ। ਕਦੀ ਤੁਹਾਨੂੰ ਕਿਸੇ ਬੱਚੇ ਦੇ ਜਾਂ ਘਰ ਦੇ ਮੈਂਬਰ ਦੇ ਕਿਤੇ ਲਾਈਟ ਨਜ਼ਰ ਆਉਂਦੀ? ਕਿਤੇ ਚਾਨਣ ਦਿਸਦਾ? ਕਿਤੇ ਨਹੀਂ ਨਾ ਦਿਸਦਾ, ਕਿਉਂਕਿ ਗੌਰ ਅਸੀਂ ਖੋਜੀ ਨਹੀਂ ਬਣੇ। ਅਸੀਂ ਚੀਜ਼ਾਂ ਇਕੱਠੀਆਂ ਕਰ ਰਹੇ ਜਿਹੜੀਆਂ ਇੱਥੇ ਛੱਡ ਰਹੇ ਹਾਂ। ਮਾਲਕ ਦੇ ਘਰੋਂ ਸਹੀ ਨਹੀਂ, ਉਹ ਕਹਿੰਦਾ ਪੁੱਤ ਮੈਂ ਤੁਹਾਨੂੰ ਬਾਅਦ 'ਚ ਭੇਜਿਆ, ਪਹਿਲਾਂ ਮੈਂ ਤੁਹਾਡਾ ਰਿਜ਼ਕ ਭੇਜਿਆ। ਜੀ ਜਦ ਸਭ ਪਾਛੇ ਕਰਿਆ ਪ੍ਰਥਵੀ ਰਿਜ਼ਕ ਸੁਭਾਹਾ ਹੈ। ਕੁੰਜਾਂ ਜਿਹੜੀਆਂ ਨੇ, ਕੁੰਜਾਂ ਉਹਨਾਂ ਨੂੰ ਕਿੱਡਾ ਭਰੋਸਾ ਹੈ? ਉਹ ਬੱਚੇ ਕੁੰਜੀ ਕੋਹਾਂ ਦੂਰ ਛੱਡ ਆਉਂਦੀਆਂ ਭੋਜਨ ਦੀ ਤਲਾਸ਼, ਉਹ ਮਨ 'ਚ ਸਿਮਰਨ ਕਰਦੀਆਂ, ਅਤੇ ਮਾਲਕ ਉਹਨਾਂ ਦੇ ਬੱਚਿਆਂ ਦੀ ਰੱਖਿਆ ਕਰਦਾ। ਕੂੜੇ ਕੂੜ ਆਵੈਸਾ ਕੁਸਤਾ ਜਿਸ ਪਾਸੇ ਬਚਰੀ ਸਰੇ, ਤੇਰੇ ਕਮਲ ਖਿਲਾਫ ਹੈ ਕਮਲ ਚਲਿਆ। ਇੱਕ ਇਨਸਾਨ ਗਿਆਨਵਾਨ ਹੋ ਕੇ ਅਗਿਆਨੀ ਬਣਦਾ, ਉਹ ਕਹਿੰਦਾ ਜਾਣੀ ਮੇਰੇ ਤੋਂ ਬਿਨਾਂ ਕੁਛ ਹੋਣਾ ਹੀ ਨਹੀਂ, ਤੇ ਜਦੋਂ ਮੇਰੇ ਵਰਗਾ ਕੋਈ ਦੇਹ ਛੱਡ ਜਾਂਦਾ ਫਿਰ ਹੁੰਦਾ ਨਹੀਂ ਕੁਛ। ਉਹਨਾਂ ਦੀ ਹਾਜ਼ਰੀ ਤੋਂ ਵੀ ਕਈ ਵੀ ਹੋ ਜਾਂਦਾ, ਮਤਲਬ ਕਹਿੰਦਾ ਜੀ ਸਾਰਾ ਕੁਛ ਪਿੱਛੋਂ ਜੋ ਦਿੱਤਾ ਮਾਲਕ ਨੂੰ ਮਿਲ ਜਾਣਾ, ਤੇ ਨਾਲ ਮਾਲਕ ਨੂੰ ਮਿਲਦੇ ਲਈ ਵੀ ਆਪਾਂ ਕੰਮ ਕਰੀਏ, ਉਹ ਵੀ ਦਿਹਾੜੀ ਲਾਈਏ, ਜਿਵੇਂ ਦੁਨਿਆਵੀ ਕੰਮ ਦਾ ਦਿਹਾੜੀ ਲਾਉਂਦੇ ਉਹ ਵੀ ਦਿਹਾੜੀ ਲਾਈਏ। ਮਹਾਰਾਜ ਨੇ ਕਿਹਾ, ਕਹਿੰਦੇ ਹਰ ਹਰ ਨਿਤ ਜਪੋ ਜੀਓ ਲਾਹਾ ਖਟੋ ਦਿਹਾੜੀ ਸਿਮਰਨ ਕਰਕੇ। ਵਾਹ ਗੁਰੂ, ਵਾਹ ਗੁਰੂ, ਇਹ ਦਿਹਾੜੀ ਲੱਗਦੀ ਹੈ, ਨਾਲੇ ਕੰਮ ਕਰੋ ਨਾਲੇ ਸਿਮਰਨ ਕਰੋ, ਦੋਨੇ ਹੋ ਗਿਆ ਨਾ, ਕੰਮ ਵੀ ਹੋ ਗਿਆ, ਉਧਰਲਾ ਵੀ ਨਿਬੜ ਗਿਆ ਤੇ ਇੱਧਰ ਵੀ ਦਿਹਾੜੀ ਲੱਗ ਗਈ। ਤੇ ਜਿੱਦਣ ਦਿਹਾੜੀ ਨਾ ਲੱਗੀ, ਕੰਮ ਨਾ ਮਿਲੇ, ਉਦਣ ਕਿੰਨਾ ਔਖਾ ਹੁੰਦਾ।
ਕਹਿੰਦੇ ਯਾਰ ਅੱਜ ਕੰਮ ਨਹੀਂ ਮਿਲਿਆ, ਅੱਜ ਮੈਨੂੰ ਘਾਟਾ ਪੈ ਗਿਆ, ਕਿਵੇਂ ਗੁਜ਼ਾਰਾ ਕਰਾਂਗੇ? ਚਲੋ ਜਿਹਨਾਂ ਕੋਲ ਪ੍ਰੋਪਰਟੀਆਂ ਹੈਗੀਆਂ, ਜ਼ਮੀਨਾਂ ਹੈਗੀਆਂ, ਉਹਨਾਂ ਦੇ ਸਾਧੂ ਜਿਹੜੇ ਨਿੱਤ ਕਮਾਉਣਾ ਜਾਂ ਟਿੱਕਣਾ, ਉਹਨਾਂ ਦਾ ਕਿੰਨਾ ਔਖਾ ਹੋਇਆ। ਹੁਣ ਮਹਾਰਾਜ ਕੀ ਕਹਿੰਦੇ, ਨਾਨਕ ਜਿੱਦਣ ਕਮਾਈ ਨਹੀਂ ਹੁੰਦੀ ਉਦਣ ਆਪਾਂ ਇਹ ਸਮਝਣਾ, ਜਿੱਦਣ ਆਪਾਂ ਸਿਮਰਨ ਨਾ ਕੀਤਾ ਉਦਣ ਆਪਾਂ ਇਹ ਸਮਝਣਾ ਆਪਦੇ ਆਪ ਚ ਵੀ ਅੱਜ ਬਹੁਤ ਘਾਟਾ ਪੈ ਗਿਆ, ਅੱਜ ਦਿਹਾੜੀ ਨਹੀਂ ਰਹੀ। ਨਾਨਕ ਨਿਰ ਧਨ ਤਿੱਤ ਦਿਨ ਜਿੱਤ ਦਿਨ ਵਿਸਰੇ ਨਾਉ, ਵੀ ਜਿਸ ਦਿਨ ਮਾਲਕ ਦਾ ਸਾਰੀ ਦਿਹਾੜੀ ਆਪਾਂ ਨੂੰ ਮਾਲਕ ਦੀ ਯਾਦ ਹੀ, ਮਨ ਚ ਵਾਹਿਗੁਰੂ ਕਿਹਾ ਹੀ ਨਹੀਂ, ਚਲੋ ਘਾਟਾ ਪੈ ਸੌ ਗਏ, ਸਾਰਾ ਦਿਨ ਬੀਤ ਗਿਆ ਕਰਕੇ ਜੀ ਚਲੇ, ਕੋਈ ਘਾਟਾ ਪਵਾ ਕੇ ਰਾਜੀ ਆਪਦੇ ਆਪ ਨੂੰ, ਕੋਈ ਨਹੀਂ। ਗਿਆਨ ਆ ਗਿਆ ਤੇ ਫਿਰ ਆਪਾਂ ਰੋਜ਼ ਆਪਾਂ ਲਾਹ ਇਕੱਠਿਆ ਕਰਾਂਗੇ, ਸੁਮਨ ਕਰਿਆ ਕਰਾਂਗੇ, ਨਾਮ ਧਨ ਇਕੱਠਾ ਕਰਾਂਗੇ। ਕੀ ਕਰਾਂਗੇ ਜੀ? ਨਾਮ ਧਨ, ਸਤਿਗੁਰੂ ਸਿੱਖ ਨੂੰ ਨਾਮ ਧਨ ਦੇ, ਗੁਰਦਾ ਸਿੱਖ ਭਾਗੀ ਹੈ। ਤੇ ਹੁਣ ਗੁਰਮੁਖ ਪਿਆਰਿਓ ਜਿਹੜੇ ਗੱਲ ਮੰਨਦੀ ਚੱਲਦੀ, ਕਿਹਦੀ ਚੱਲਦੀ? ਮੰਨਦੀ ਚੱਲਦੀ। ਹੁਣ ਸਾਡੀਆਂ ਸਰੀਰ ਦੇ ਵਿੱਚ ਜਿਸ ਮਨ ਨੇ ਮਾਲਕ ਨੂੰ ਮਿਲਣਾ ਹੈ, ਜਿਸ ਮਨ ਨੇ ਸਵਾਸਾਂ ਰੂਪੀ ਧਨ ਇਕੱਠਾ ਕਰਕੇ ਉਹਦੇ ਬਦਲੇ 'ਚ ਨਾਮ ਧਨ ਲੈਣਾ ਮਾਲਕ ਤੋਂ, ਮਾਲਕ ਨੇ ਉਹਨੂੰ ਨਾਮ ਧਨ ਦੇਣਾ, ਉਹ ਮਨ ਬੋਡੀ 'ਚ ਕਿੱਥੇ? ਮਨ ਲਾਈਟ ਆ, ਸਾਡੀਆਂ ਸਰੀਰ ਵਿੱਚ ਲਾਈਟ ਨਜ਼ਰ ਆਉਂਦੀ ਤੁਹਾਨੂੰ? ਨਹੀਂ ਨਾ ਆਉਂਦੀ, ਆ ਹੁਣ ਆਏਗੀ। ਅੱਖਾਂ ਦੇ ਬਾਹਰਲੇ ਪਾਸੇ ਗੇਲੇ ਦੇ ਚਿੱਟਾ ਗੇਲਾ, ਇਹਦੇ ਵਿੱਚ ਇੱਕ ਕਾਲਾ ਭੂਰਾ ਗੇਲਾ, ਉਹਦੇ ਅੰਦਰ ਫਿਰ ਵੇਖੋ ਕੀ ਹੈ? ਉਹ ਸ਼ੀਸ਼ਾ। ਕੀ ਹੈ ਜੀ? ਸ਼ੀਸ਼ਾ। ਤੁਹਾਨੂੰ ਮੇਰੇ ਨੇਤਰਾਂ ਚ ਭਾਈ ਸਾਹਿਬ ਬੈਠੇ ਦੇਖੋ ਆਣ ਕੇ ਤੁਹਾਨੂੰ ਤੁਹਾਡੀ ਫੋਟੋ ਨਜ਼ਰ ਆਏਗੀ। ਇਹ ਮਨ ਆਰਸੀ, ਆਰਸੀ ਸ਼ੀਸ਼ਾ ਹੁੰਦਾ ਜਿਹਦੇ ਪਿੱਛੇ ਰੰਗ ਮਾਰਿਆ ਹੋਵੇ ਤੇ ਚਿਹਰਾ ਦਿਸੇ, ਜਿਵੇਂ ਆਪਾਂ ਪੱਗ ਬੰਨਣ ਲੱਗੇ ਚਿਹਰਾ ਦਿਸਦਾ ਉੱਪਰ ਉਲਟ ਕੇ ਸਾਹਮਣੇ, ਠੀਕ ਹੈ? ਇਸ ਤਰ੍ਹਾਂ ਦਾ ਮਨ ਆ। ਤੇ ਆਹ ਦੇਖੋ ਤੁਸੀਂ ਅੱਖਾਂ ਚ ਕੀ ਹੈ? ਤੀਸਰਾ ਪੁਰਸੋ ਸੈਂਟਰ ਚ ਸ਼ੀਸ਼ਾ ਹੀ ਹੈ ਨਾ। ਤੇ ਜੋ ਮਾਲਕ ਹੈ ਉਹ ਵੀ ਸ਼ੀਸ਼ਾ, ਲੇਕਿਨ ਉਹ ਸ਼ੀਸ਼ਾ ਦੂਸਰਾ ਹੈ। ਕਿਹੜਾ? ਜਿਵੇਂ ਗੱਡੀ ਦੇ ਸਟੀਅਰਿੰਗ ਤੇ ਬੈਠਦੇ ਆ ਕੀ ਸ਼ੀਸ਼ਾ ਨਹੀਂ ਹੁੰਦਾ, ਆਰ ਪਾਰ ਦਿਸਦਾ, ਮਾਲਕ ਇਸ ਤਰ੍ਹਾਂ ਦਾ, ਠੀਕ ਹੈ? ਉਹ ਜਿਹੜਾ ਪਿੱਛੇ ਰੰਗ ਵਜਿਆ ਜਿਹਦੇ ਨਾਲ ਆਪਾਂ ਰੰਗ ਪਾਸੇ ਕਰਤਾ ਹੈ ਨਾ, ਮੈਲ ਲੱਗੀ ਉਹ ਪਾਸੇ ਕਰਤੀ, ਆਪਾਂ ਵੀ ਪਾਰਦਰਸ਼ੀ ਹੋ ਜਾਂਗੇ, ਪਾਰਦਰਸ਼ੀ ਹੋ ਜਾਂਗੇ। ਹੁਣ ਅੱਖਾਂ ਦੇ ਵਿੱਚ ਲਾਈਟ ਜਗਦੀ ਹੈ, ਕਿੱਥੇ ਜਗਦੀ? ਤਾਰਾ ਚਮਕਦਾ ਨਾ ਅੱਖਾਂ ਚ, ਹੋਰ ਕਿਤੇ ਚਮਕਦਾ? ਇੱਥੇ ਉੱਥੇ ਕਿਤੇ ਨੀ ਚਮਕਦਾ, ਕਿੱਥੇ ਚਮਕਦਾ? ਅੱਖਾਂ ਚ ਚਮਕਦਾ ਬਿੰਦੂ। ਇੱਥੇ ਆ ਮਨ ਜੋਤ ਸਰੂਪ, ਜੋਤ ਕਿੱਥੇ ਹੈ? ਕਹਿੰਦੇ ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਤਰੀ, ਹਰ ਬਿਨਾਂ ਵਰਨਾ ਦੇਖੋਗੇ। ਹੁਣ ਅਸੀਂ ਜਦੋਂ ਤੋਂ ਪੈਦਾ ਹੋਏ ਹਾਂ ਲਿਵ ਟੁੱਟੀ ਹੈ, ਇਹ ਦੋਨੇ ਨੇਤਰਾਂ ਨੂੰ ਗੁਰਬਾਣੀ ਚ ਚੰਦ ਸੂਰਜ ਕਹਿੰਦੇ ਆ, ਕੀ ਕਹਿੰਦੇ? ਇਹਨਾਂ ਦਾ ਸੁੰਦਰ ਵਿਗੜ ਗਿਆ, ਇੱਕ ਚੋਂ ਜ਼ਿਆਦਾ ਦਿਸਦਾ, ਇੱਕ ਚੋਂ ਘੱਟ ਦਿਸਦਾ। ਭਾਵੇਂ ਅੱਖਾਂ ਠੀਕ ਨੇ, ਕਹਿੰਦਾ ਤੁਹਾਡੀਆਂ ਅੱਖਾਂ ਠੀਕ ਨੇ, ਵੀ ਸੱਜੀ ਅੱਖ ਚੋਂ ਜ਼ਿਆਦਾ ਦਿਸ ਵਿੱਚੋਂ ਘੱਟ ਸੁਗਾ, ਇਸ ਨਾਟਕਾ ਇਹਨਾਂ ਵਿੱਚੋਂ ਸਾਰਾ ਜਾਓ। ਤੁਸੀਂ ਪ੍ਰੈਕਟਿਕਲ ਸੁਣ ਕੇ ਜਾਣਾ, ਕਟਾ ਕੇ ਅੱਗੇ ਦੇਖਣਾ ਵੀ ਸਹਿਜ ਨਹੀਂ, ਗੁਰਬਾਣੀ ਦੱਸਿਆ ਹੋਇਆ। ਹੁਣ ਜਦੋਂ ਸਾਡਾ ਮਨ ਮਾਲਕ ਦਾ ਮਾਲਕ ਨੂੰ ਭੇਜਦਾ ਤੇ ਉਹ ਸਰੀਰ ਵਿੱਚ ਆਉਂਦਾ, ਇੱਥੇ ਮਾਲਕ, ਮਾਲਕ ਤਾਂ ਇੱਥੇ ਵੀ ਹੈ ਜਿਹੜੇ ਜਿਹੜੇ, ਇੱਥੇ ਮਾਲਕ ਮਨ ਬੱਚੇ ਨੂੰ ਭੇਜਦਾ, ਉਹ ਮਨ ਬੱਚਾ ਇੱਥੇ ਆਉਂਦਾ। ਇਹ ਦਸਵਾਂ ਦੁਆਰ ਆਹ ਨਹੀਂ ਹੈ, ਦਸਵਾਂ ਦੁਆਰ ਆਹ ਸਪੇਸ ਖਾਲੀ ਖਾ, ਇੱਥੋਂ ਹੁੰਦਾ ਹੋਇਆ ਮਨ ਕਿੱਥੇ ਆਉਂਦਾ? ਇੱਥੇ ਆਉਂਦਾ, ਇੱਥੇ ਨੱਕ ਦੀ ਨੂੰ, ਇੱਥੇ ਉਹ ਛੋਟਾ ਜਿਹਾ ਬੂੰਦ ਵਰਗਾ ਚਾਨਣ ਆਉਂਦਾ, ਉਹ ਚਾਨਣ
ਅੱਧਾ ਇੱਧਰ ਚਲਾ ਜਾਂਦਾ, ਅੱਧਾ ਇੱਧਰ ਚਲਾ ਜਾਂਦਾ, ਦੋ ਹਿੱਸਿਆਂ ਚ ਵੰਡੀ ਗਈ ਲਾਈਟ, ਖੱਬੀ ਅੱਖ ਚ ਵੀ ਹੈਗਾ ਤੇ ਸੱਜੀ ਚ ਵੀ ਹੈਗਾ। ਹੁਣ ਇੱਕ ਜੋਤ ਮਨ ਇੱਕ ਸੀ, ਜੋਤ ਸਰੂਪ, ਉਹ ਦੋ ਹਿੱਸਿਆਂ ਚ ਡਿਵਾਈਡ ਹੋ ਗਿਆ, ਜਿਸ ਕਰਕੇ ਮਾਲਕ ਨਹੀਂ ਦਿੰਦਾ। ਤੇ ਜਿਹੜੀ ਪੌਣ ਸੀ ਉਹ ਇੱਕ ਨੱਕ ਚ ਵੱਧ ਹੋ ਗਈ, ਇੱਕ ਚ ਘੱਟ ਹੋ ਗਈ, ਸੰਤੁਲਨ ਵਿਗੜ ਗਿਆ, ਦੋਨਾਂ ਦਾ ਵਿਗੜ ਗਿਆ। ਤੇ ਕਦੋਂ ਵਿਗੜਦਾ? ਜਦੋਂ ਆਪਾਂ ਜਨਮ ਲਿਆ, ਜਾਂ ਆਪਣੇ ਘਰਾਂ ਚ ਹੁਣ ਬੱਚੇ ਜਨਮ ਲੈਂਦੇ ਨੇ, ਤੇ ਉਦੋਂ ਕੀ ਕੀਤਾ ਜਾਂਦਾ? ਇੱਕ ਪਿੱਛੇ ਜੇ ਥੋੜੇ ਦਿਨ ਹੋ ਗਏ ਕਿਸੇ ਨੇ ਵੀਡੀਓ ਪਾਈ, ਉਹ ਬੱਚੇ ਨੂੰ ਡਾਕਟਰ ਰਵਾਉਂਦਾ, ਬੜੀ ਜ਼ੋਰ ਦੀ ਮਾਰਦਾ, ਲਾਲ ਪਿੰਡਾ ਹੋਇਆ ਪਿਆ ਉਹਦਾ, ਨਿੱਕੇ ਜੰਮਣ, ਉਹ ਰੋਇਆ ਹੀ ਨਹੀਂ, 8 ਮਿੰਟ ਬਾਅਦ ਰੋਇਆ ਜੀ। 8 ਮਿੰਟ ਲੱਗ ਗਏ, ਜਿਹੜਾ ਕਿ ਬੱਚੇ ਨੂੰ ਸਕੇਟਾਂ 'ਚ ਰਵਾ ਦਿੰਦੇ ਆ, ਕਿਉਂਕਿ ਲਿਪ ਨਹੀਂ ਟੁੱਟੀ ਹੁੰਦੀ। 8 ਮਿੰਟ ਬਾਅਦ ਜਾ ਕੇ ਉਹਨੇ ਲੇਰ ਦੀ ਮਾਰੀ ਥੋੜ੍ਹੀ, ਫਿਰ ਜਦੋਂ ਹੋਰ ਉਹਨੂੰ ਕਰਕੇ ਥਾਪਾ ਆਏ ਜੇ ਗਏ, ਪੈਰਾਂ ਦੀਆਂ ਤਲੀਆਂ ਦੇ ਵੀ ਮਾਰਦੇ, ਢੂਰੀ 'ਤੇ ਵੀ ਥਪਾਉਂਦੇ, ਉਦੋਂ ਜਦੋਂ ਲਿਪ ਟੁੱਟਦੀ ਹੈ ਨਾ, ਉਦੋਂ ਬੱਚਾ ਟੁੱਟਦਾ। ਉਦੋਂ ਕੀ ਹੁੰਦਾ? ਜਿਹੜੀ ਸਾਡੀ ਸਾਹ ਆ, ਜਦੋਂ ਅਸੀਂ ਸਾਹ ਲੈਂਦੇ ਹਾਂ, ਦੇਖੋ ਲੈਂਦੇ ਨਾ ਸਾਰੇ ਸਾਹ, ਆਪਾਂ ਸਾਹ ਵਾਲੇ ਕਦੀ ਖਿਆਲ ਹੀ ਨਹੀਂ ਕੀਤਾ, ਇਹ ਸਵਾਸਾਂ ਨੂੰ ਗੁਰਬਾਣੀ ਵਿੱਚ ਧੰਨ ਗਿਆ, ਪੈਸੇ ਗਿਆ, ਇਹ ਦਰਗਾਹ ਦੇ ਵਿੱਚੋਂ ਪੈਸੇ ਦੇ ਕੇ ਮਨ ਨੂੰ ਇੱਥੇ ਭੇਜਿਆ ਜਾਂਦਾ, ਤੇ ਮਨ ਪੈਸੇ ਲੈ ਕੇ ਆ ਗਿਆ, ਨੇਤਰਾਂ ਦੇ ਵਿੱਚ ਬਹਿ ਗਿਆ। ਅੱਛਾ, ਇੱਧਰੋਂ ਲਿਪ ਟੁੱਟੀ ਕਿਵੇਂ? ਦਾਈ ਦੁਆਰਾ, ਨਰਸ ਦੁਆਰਾ, ਤੇ ਉਹ ਦਬਾਅ ਪਿਆ, ਕਿੱਥੇ ਪਿਆ? ਦਬਾਅ ਇੱਥੇ ਪਿਆ, ਸੁਖਮਨਾ ਨਾੜੀ ਦੋਨਾਂ ਹਿੱਸਿਆਂ ਤੋਂ ਸੁੰਗੜ ਗਈ, ਜਿਹਨੂੰ ਆਪਾਂ ਕਹਿੰਦੇ ਹਾਂ ਦੋ ਸਿਰਿਆਂ ਦਾ ਆਪ ਸੁਵਾਮੀ ਖੇਲੇ ਵਿਖੇ ਅੰਤਰ ਜਾਮਿਆ। ਦੋ ਸਿਰੇ ਕਿਹੜੇ ਨੇ? ਇੱਕ ਧੁੰਨੀ ਜਿੱਥੇ ਨਾੜੂਗਾ ਹੁੰਦਾ, ਇੱਕ ਇੱਥੇ ਜਿੱਥੇ ਐਨਕ ਦੀ ਦਲੀ ਖਾਂਦੀ, ਇਹ ਦੋ ਸਿਰੇ ਨੇ। ਜਦੋਂ ਦਬਾਅ ਪਿਆ ਤੇ ਉਹ ਸੁਖਮਨਾ ਨਾੜੀ ਸੁੰਗੜ ਗਈ ਦੋਨਾਂ ਸਿਰਿਆਂ, ਤੇ ਖੱਬੇ ਤੇ ਸੱਜੇ ਕੀੜਾ ਤੇ ਪਿੰਗਲਾ ਸੁਖਮਨਾ, ਤਿੰਨ ਨਾੜੀਆਂ ਨੇ। ਇਹ ਵੀ ਮੈਂ ਖੋਲ ਕੇ ਦੱਸ ਦਿਆਂ, ਜਦੋਂ ਸਾਡਾ ਸਰੀਰ ਬਣਦਾ ਨਾ ਮਾਲਕ ਵੱਲੋਂ, ਜਦੋਂ ਬਣਵਾ, ਕਈਆਂ ਦਾ ਮਾਲਕ ਨੇ ਮਨ ਨੂੰ ਨਹੀਂ ਭੇਜਣਾ ਤੇ ਉਹਨਾਂ ਦਾ ਸਰੀਰ ਨਹੀਂ ਬਣਦਾ, ਤੇ ਜਦੋਂ ਮਾਲਕ ਨੇ ਕਿਸੇ ਜੋਤ ਨੂੰ ਭੇਜਣਾ ਹੁੰਦਾ, ਉਹਨਾਂ ਦਾ ਸਰੀਰ ਕੰਪਲੀਟ ਬਣ ਕੇ ਫਿਰ ਉਹਦੇ ਜੋਤ ਭੇਜਦੇ, ਉਹ ਸਰੀਰ ਤਾਂ ਹੁੰਦਾ। ਇਹ ਸਰੀਰ ਆ ਮੇਰਿਆ, ਹੱਥੋਂ ਮੈਂ ਜੋਤ ਰੱਖੀ, ਤਾਂ ਤੂੰ ਜੱਗ ਮੈਂ ਆਇਆ। ਮਾਂ ਦੇ ਪੇਟ ਚੋਂ ਜਦੋਂ ਬਾਹਰ ਆਉਂਦੇ ਉਦੋਂ ਕਹਿੰਦੇ ਜੱਗ ਤੇ ਆ ਗਿਆ, ਤੇ ਜਦੋਂ ਮਾਂ ਦੇ ਪੇਟ ਚੋਂ ਉਦੋਂ ਜੱਗ ਤੇ ਤਾਂ ਆਇਆ ਹੀ ਨਹੀਂ, ਮਾਂ ਜੱਗ ਤੇ ਆਈ ਹੋਈ ਹੈ। ਤੇ ਬੱਚਾ ਤਾਂ ਜਦੋਂ ਆਊਗਾ, ਜਨਮ ਹੋਊਗਾ, ਉਦੋਂ ਹੀ ਜੱਗ ਤੇ ਆਊਗਾ ਨਾ। ਹੁਣ ਸਭ ਤੋਂ ਪਹਿਲਾਂ ਰੀੜ ਦੀ ਹੱਡੀ ਬਣਦੀ ਹੈ। ਸਭ ਤੋਂ ਪਹਿਲਾਂ ਜਦੋਂ ਬੰਤਰ ਬਣਦੇ ਕੀ ਬਣਦਾ? ਪਹਿਲਾਂ ਗੰਢ ਵੱਜਦੀ ਹੈ, ਫਿਰ ਰੀੜ ਦੀ ਬਣਦੀ। ਜਿਵੇਂ ਰੀੜ ਦੀ ਹੱਡੀ ਹੈ ਵੱਧ ਗਈ, ਤਾਂ ਉਵੇਂ ਉਵੇਂ ਉਹਦੇ ਨਾਲ ਖੱਬੇ ਪਾਸੇ ਇੱਕ ਸੱਜੇ ਪਾਸੇ ਰੀੜ ਦੀ ਹੱਡੀ ਦੇ ਤਿੰਨ ਨਾੜੀਆਂ ਬਣਦੀਆਂ, ਤਿੰਨ ਨਾੜਾਂ ਨਾਲ ਹੀ ਬਣਦੀਆਂ। ਉਦੋਂ ਗਾਂਹ ਫਿਰ ਨਾਲ ਜਾਲ ਪਿਸ ਜਾਂਦਾ, ਹੱਡੀਆਂ ਬਣ ਕੇ ਹੋਊ ਤੇ ਕੁਛ ਬਰੀਕ ਨਸਾਂ ਬਣ ਜਾਂਦੀਆਂ ਨੇ, ਉਹਦੇ ਉੱਤੇ ਆ ਚੰਮ ਚੜਾ ਦਿੱਤਾ ਜਾਂਦਾ ਹੈ। ਹੁਣ ਇਹ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਾਰਾ ਦੱਸਿਆ ਹੋਇਆ, ਡਾਕਟਰਾਂ ਨੂੰ ਵੀ ਪੁੱਛ ਸਕਦੇ ਹੋ ਤੁਸੀਂ। ਜਿਹੜੀ ਸਾਡੀ ਖੱਬੀ ਤੇ ਸੱਜੀ ਸੋਰਾ, ਇੱਕ ਨੂੰ ਈੜਾ ਕਹਿੰਦੇ ਨੇ, ਪਿੰਗਲਾ, ਇੱਕ ਨੂੰ ਸੁਖਮਨਾ ਕਹਿੰਦੇ ਨੇ, ਈੜਾ ਪਿੰਗਲਾ ਔਰ ਸੁਖ। ਇਹ ਜਦੋਂ ਦਬਾਅ ਪਿਆ, ਸਾਹ ਜ਼ਿਆਦਾ ਜਿਹੜਾ ਸੈਂਟਰ 'ਚ ਚੱਲਦਾ ਸੀ ਉਹ ਕਿੱਥੇ ਚਲਾ ਗਿਆ? ਖੱਬੇ ਪਾਸੇ ਤੇ ਸੱਜੇ ਪਾਸੇ। ਇਹਨੂੰ ਹੁਣ ਕਿਵੇਂ ਚੈੱਕ ਕਰੀਏ ਆਪਾਂ ਵੀ ਸੱਜੇ ਪਾਸੇ ਜ਼ਿਆਦਾ ਚੱਲਦਾ ਕਿ
ਸਭੇ ਪਾਸੇ ਚੱਲ ਰਹੇ। ਉਹਦੇ ਲਈ ਆਪਾਂ ਕਹਿੰਦੇ ਹੁੰਦੇ ਵੀ ਹੱਥ ਦਾ ਪੁੱਠਾ ਪਾਸਾ ਆਪਣੇ ਨੱਕ ਕੋਲੇ ਕਰ ਤੇ ਮੂੰਹ ਕਰ ਲਓ ਬੰਦ ਤੇ ਨੱਕ ਚੋਂ ਸਾਹ ਮਾਰੋ ਦੋ ਤਿੰਨ ਵਾਰੀ ਬਾਹਰ ਐ ਤੇ ਜਿਹੜਾ ਨੱਕ ਜ਼ਿਆਦਾ ਫੁੱਲੂਗਾ ਉਹਦੇ ਚੋਂ ਸਾਹ ਜ਼ਿਆਦਾ ਆ ਰਿਹਾ, ਜਿਹੜਾ ਨੱਕ ਘੱਟ ਫੁੱਲੂਗਾ ਘੱਟ ਆ ਰਿਹਾ। ਹੋ ਗਿਆ ਨਾ ਘੱਟ ਵੱਧ ਹੋ ਗਿਆ, ਮਤਲਬ ਕਿ ਸੰਤੁਲਨ ਵਿਗੜ ਗਿਆ। ਜਦੋਂ ਇਹ ਪਾਉਣ ਦਾ ਸੰਤੁਲਨ ਠੀਕ ਹੋ ਜਾਂਦਾ ਹੈ ਉਦੋਂ ਸਾਡੇ ਆਹ ਜਿਹੜਾ ਪੋਰਸ਼ਨ ਆ ਜਦੋਂ ਸੰਤੁਲਨ ਠੀਕ ਹੋ ਜਾਏ, ਗੁਰਬਾਣੀ 'ਚ ਲਿਖਿਆ ਲਾਗਤ ਪਵਨ ਖਸਮ ਸਾਰੇ, ਤਾਂ ਕਰਕੇ ਆਪਾਂ ਧਿਆਨ ਨਾਲ ਸੁਣਨਾ। ਜਦੋਂ ਇਹ ਸੰਤੁਲਨ ਠੀਕ ਹੋ ਜਾਂਦਾ ਤੁਹਾਨੂੰ ਅੰਦਰੋਂ ਆਪਣੇ ਆਪ ਨੂੰ ਮਹਿਸੂਸ ਹੋ ਗਿਆ ਵੀ ਮੇਰਾ ਇੱਥੋਂ ਨੱਕ ਅੰਦਰੋਂ ਖੁੱਲ੍ਹਾ ਖੁੱਲ੍ਹਾ ਲੱਗਦਾ ਅਤੇ ਕਈ ਵਾਰੀ ਸਹਿ ਸੁਭਾਅ ਵੀ ਹੋ ਜਾਂਦਾ। ਉਦੋਂ ਕਿਤੇ ਵਿਧੀ ਦਾ ਪਤਾ ਹੋਵੇ ਅਤੇ ਨਾਲ ਹੀ ਤੁਸੀਂ ਅੱਖਾਂ ਨੂੰ ਚੰਦ ਸੂਰਜ ਨੂੰ ਸਮ ਕਰ ਲਓ ਅਤੇ ਮਾਲਕ ਦੇ ਦਰਸ਼ਨ ਹੋ ਜਾਣਗੇ, ਬ੍ਰਹਮ ਜੋਤ ਨੂੰ ਮਿਲ ਲਓਗੇ। ਇੱਕ ਬਾਣੀ ਦੇ ਵਿੱਚ ਆਪਾਂ ਨੂੰ ਦੱਸਿਆ ਮਹਾਰਾਜ ਨੇ, ਕਹਿੰਦੇ ਈੜਾ ਪਿੰਗਲਾ ਔਰ ਸੁਖਮਨਾ, ਈੜਾ ਪਿੰਗਲਾ ਔਰ ਸੁਖਮਨਾ, ਪੌਣੇ ਬੰਦ ਰਹਾਓਗੋ, ਪੌਣੇ ਬੰਦ ਬਲਕਿ ਸਾਹ ਰੋਕ ਲਓ, ਪੌਣੇ ਬੰਦ ਰਹਾਓਗੋ, ਚੰਦ ਸੂਰਜ ਦੋ ਸਮਕਰ ਰੱਖੋ, ਬ੍ਰਹਮ ਜੋਤ ਮਿਲ ਜਾਓਗੇ। ਕਹਿੰਦੇ ਮਾਲਕ ਨੂੰ ਮਿਲੋਗੇ, ਬ੍ਰਹਮ ਜੋਤ ਮਾਲਕ। ਹੁਣ ਸਾਨੂੰ ਸੰਤੁਲਨ ਠੀਕ ਕਰਨਾ, ਪਹਿਲਾਂ ਤਾਂ ਸਾਨੂੰ ਇਹ ਨਹੀਂ ਸੀ ਪਤਾ ਸਾਹ ਕਿੱਥੋਂ ਆ ਰਿਹਾ, ਸੰਤੁਲਨ ਠੀਕ ਕਰਨਾ ਤਾਂ ਬੜੇ ਦੂਰ ਦੀ ਗੱਲ, ਇਹ ਨਹੀਂ ਸਾਨੂੰ ਸਿਖਾਇਆ ਕਿਸੇ, ਸਾਨੂੰ ਆਰਟੀਫਿਸ਼ਲ ਦੇ ਨਾਲ ਜੋੜ ਦਿੱਤਾ। ਕਿਹਦੇ ਨਾਲ ਜੋੜਦਾ ਜੀ? ਆਰਟੀਫਿਸ਼ਲ ਸਮਝੋ ਕਿਹਨੂੰ ਕਹਿੰਦੇ? ਨਕਲੀ। ਨਕਲ ਦੇ ਨਾਲ ਜੋੜਦਾ, ਅਸਲ ਨਾਲ ਉਹ ਤੋੜਦਾ। ਅਸਲ ਕੌਣ ਆ? ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸੇ ਤੇ। ਨਕਲ ਕੀ ਹੈ? ਕਹਿੰਦੇ ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਵੀ ਇਹ ਆਰਟੀਫਿਸ਼ਲ ਹੈ, ਕਿਉਂਕਿ ਇੱਥੇ ਸਦਾ ਕੋਈ ਨਹੀਂ ਰਿਹਾ। ਆਰਾਮ ਆਇਆ ਉਹ ਵੀ ਚਲਾ ਗਿਆ, ਰੱਬ ਨਾ ਆਇਆ ਉਹ ਵੀ ਚਲਾ ਗਿਆ, ਆਪਾਂ ਹੀ ਆਪਾਂ ਵੀ ਚੱਲ। ਆਰਾਮ ਗਏ ਹੋ, ਆਰਾਮ ਗਏ ਹੋ, ਜਾ ਤੋਂ ਪਰਿਵਾਰ ਬੜੇ ਆਏ, ਪਰਿਵਾਰ ਬੜੇ ਚਲੇ ਗਏ। ਹੁਣ ਅਸੀਂ ਜਿੱਥੋਂ ਆਏ ਹਾਂ ਉੱਥੇ ਨਹੀਂ ਜਾਂਦੇ, ਜਿੱਥੋਂ ਭੇਜਿਆ ਨਾ ਉੱਥੇ ਨਹੀਂ ਜਾਂਦੇ, ਕਿੱਧਰ ਚਲੇ ਜਾਂਦੇ ਹਾਂ? ਜੂਨਾਂ 'ਚ ਚਲੇ ਜਾਂਦੇ। ਅਤੇ ਜਦੋਂ ਅਸੀਂ ਪ੍ਰੋਪਰ ਉੱਥੇ ਜਾਵਾਂਗੇ ਜਿੱਥੋਂ ਭੇਜਿਆ, ਫਿਰ ਅਸੀਂ ਜੂਨਾਂ 'ਚ ਨਹੀਂ ਆਵਾਂਗੇ। ਇੱਕ ਜੂਨ ਨਹੀਂ, ਦੋ ਜੂਨ ਨਹੀਂ, ਇਕੱਠੀਆਂ 84 ਲੱਖ ਜੂਨਾਂ ਨੇ। ਕਿੰਨੀਆਂ ਜੀ ਜੂਨਾਂ? ਗੁਰਬਾਣੀ ਦੇ ਵਿੱਚ 84 ਲੱਖ ਜੂਨ ਦੱਸੀ ਹੈ। ਲੱਖ 84 ਜੂਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਝੁਕੇ ਆਏ ਜਾਏ ਦੁੱਖ ਪਾਏਗਾ। ਇਸ ਪੌੜੀ ਤੇ ਜੋ, ਇਹ ਪੌੜੀ ਦਾ ਅਖੀਰਲਾ ਟੰਬਾ ਸਮਝ ਲਓ ਆਪਾਂ ਨੂੰ ਜਿਹੜਾ ਮਨੁੱਖ ਜਨਮ ਮਿਲੇ, ਜਿਹਦੇ ਵਿੱਚ ਤੁਸੀਂ ਮਾਲਕ ਨੂੰ ਮਿਲ ਲਏ ਤਾਂ ਸਮਝ ਲਓ ਤੁਸੀਂ ਚੜ ਗਏ ਉੱਪਰ, ਅਤੇ ਜੇ ਨਾ ਮਿਲੇ ਪਾਸਾਂ ਦੀ ਪੂੰਜੀ ਖਤਮ ਹੋ ਗਈ, ਸਰੀਰ ਛੱਡ ਗਏ ਤਾਂ ਸਮਝ ਲਓ ਅਖੀਰਲੇ ਟੰਬੇ ਤੋਂ ਹੱਥ ਛੁੱਟ ਗਿਆ ਥੱਲੇ। ਅਤੇ ਕਿੰਨਾ ਟਾਈਮ ਲੱਗੂ ਜੀ ਦੁਬਾਰਾ? ਗੁਰੂ ਮਹਾਰਾਜ ਕਹਿੰਦੇ ਕਿੰਨਾ ਟਾਈਮ ਲੱਗੇ? ਕਹਿੰਦੇ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਵਧੀਆ, ਸਿਮਰ ਕਹਿੰਦੇ ਹੁਣ ਮਿਲਣ ਦੀ ਵਾਰੀ ਹੈ, ਹੁਣ ਕੋਈ ਸਿਮਰਨ ਨਹੀਂ ਹੈ। ਦੇਖੋ ਇੱਕ ਮੈਂ ਇੱਥੇ ਗੱਲ ਤੁਹਾਡੇ ਦਿਮਾਗ 'ਚ ਇੱਕ ਗੱਲ ਹੋਰ ਪਾਉਣਾ, ਆਪਾਂ ਨੂੰ ਮਿਲਿਆ ਜਿਹਨੂੰ ਲੋਕ ਦੇ ਮੰਦਰ ਅੱਗੇ ਪੂਜਦੇ ਕਈ ਦੇਵ ਦੇ ਸਰੀਰ ਮਿਲਦੇ ਨੇ, ਰੱਬ ਅੱਗੇ ਅਰਦਾਸ ਕਰਦੇ ਆ ਸਾਨੂੰ ਵੀ ਜਾਵਾਂ ਦੇ ਕਿ ਪ੍ਰੋਪਰ ਲੰਬੀ ਉਮਰਾਂ ਵਿੱਚ, ਹੋਰ ਜੂਨਾਂ 'ਚ ਨਹੀਂ ਹੁੰਦੀ। ਇਸ ਕਰਕੇ ਉਹ ਲੋਚਦੇ ਨੇ ਦੇਵੀ ਦੇਵਤੇ ਜਿਹਨਾਂ ਨੂੰ ਅਸੀਂ ਕੈਲੰਡਰ ਜਾਂ ਘਰੇ ਮੂਰਤੀਆਂ ਬਣਾ ਕੇ ਧੂਫਾਂ ਜੋਤਾਂ ਕਰਦੇ ਹਾਂ। ਮਹਾਰਾਜ ਕਹਿੰਦੇ ਗੁਰਸੇਵ ਭਗਤ ਕਮਾਈ,
ਆਪਾਂ ਨੂੰ ਜਨਮ ਕਿਵੇਂ ਮਿਲਿਆ ਜੀ? ਆਪਾਂ ਗੁਰੂ ਸੇਵਾ ਕੀਤੀ ਤੇ ਭਗਤੀ ਕੀਤੀ, ਕਮਾਈ ਕੀਤੀ, ਸੇਵਾ ਤੇ ਭਗਤ ਕਮਾਈ ਅੱਗੇ ਬੜੋ। ਕਹਿੰਦੇ ਇਸ ਦੇ ਹੀ ਕੋ ਸਿਮਰੇ, ਤੂੰ ਦੇਵੀ ਨੇ ਵੀ ਸਿਮਰਦੇ ਇਸ ਨੂੰ ਸਿਮਰੇ ਦੇਵ ਸੋ ਦੇਹੀ ਤੁਹਾਡੀ ਸੇਵਕ ਤੂੰ ਕਹਿੰਦਾ ਉਹ ਮਾਨ ਸਿੰਘਾ ਦੇਵੀ ਦੇਵ ਤੇ ਲੋਚਦੇ ਆ, ਗ੍ਰੰਥ ਸਾਹਿਬ ਕਹਿ ਰਹੇ ਆ ਤੇ ਫਿਰ ਅਸੀਂ ਕਿਉਂ ਨਾ ਲਾਈਏ, ਫਿਰ ਅਸੀਂ ਕਿਉਂ ਨਾ ਭਰੀਏ? ਕੋਈ ਐ ਨੀ ਤੁਸੀਂ ਛੱਡ ਕੇ ਕਰਨਾ, ਬਣਾਉਂਦੇ ਭੋਜਨ ਬਣਾਉਂਦੇ ਹੋਇਆ ਨੇ, ਸਫਾਈ ਕਰਦੇ ਹੋਇਆ ਨੇ, ਸਿੰਘਾਂ ਨੇ ਪੱਠੇ ਲਿਆਉਂਦੇ ਹੋਇਆ ਨੇ, ਖੇਤੀ ਕਰਦੇ ਹੋਇਆ ਨੇ, ਮੱਝਾਂ ਨਹਾਉਂਦੇ ਹੋਇਆ ਨੇ, ਧਾਰ ਚੋਂਦੇ ਹੋਇਆ ਨੇ, ਕੀ ਕਹਿਣਾ? ਵਾਹ ਗੁਰੂ ਨਾਲੇ ਸੁਗਮ ਕਰੀਏ ਨਾਲੇ ਧਾਰ ਚ, ਵਾਹ ਗੁਰੂ ਨਾਲੇ ਤਾਂ ਭੋਜਨ ਬਣਾਇਆ ਹੋਇਆ, ਸਿਮਰਨ ਕਰਕੇ ਅੰਮ੍ਰਿਤ ਬਣ ਜਾਏਗਾ, ਧਾਰ ਵਿੱਚ ਸਾਏਗਾ, ਸਿਮਰਨ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਮਨੇ ਮੰਡਾਓ। ਔਖਾ ਤਾਂ ਨਹੀਂ ਕੰਮ, ਊਂ ਵੀ ਤਾਂ ਕੰਮ ਕਰਦੇ ਸੀ ਵਿਚਾਰਾਂ ਚ, ਵਿੱਚ ਕੰਮ ਕਰੀ ਜਾਂਦੇ ਖਿਆਲ ਆਏ ਤੇ ਉਹ ਖਿਆਲਾਂ ਦੀ ਥਾਂ ਤੇ ਕਰੋ ਵਾਹ ਗੁਰੂ, ਚਾਲੂ ਮਾਰਦੇ ਹਾਂ ਵਾਹ ਗੁਰੂ ਵਾਹ, ਨਾਲੇ ਤਾਂ ਸਫਾਈ ਹੋ ਗਈ ਨਾਲੇ ਸਿਮਰਨ ਹੋ ਗਿਆ। ਔਖਾ ਜੀ, ਫਿਰ ਤੁਸੀਂ ਬੈਠੇ ਉੱਠੇ ਖਾਧਾ ਪੀਤਾ, ਫਿਰ ਮੂੰਹ ਚੋਂ ਕੀ ਨਿਕਲਿਆ? ਵਾਹ ਗੁਰੂ ਵਾਹ। ਫਿਰ ਤਾਂ ਤੁਸੀਂ ਇੱਥੋਂ ਤੱਕ ਜਿਹੜੀ ਬਾਜ਼ਾਰ ਦੁਕਾਨ ਤੇ ਜਾਓਗੇ ਨਾ, ਉਹਨੂੰ ਵੀ ਲਾ ਕੇ ਤੁਹਾਡੇ ਮੂੰਹ ਚੋਂ ਇਹੀ ਨਿਕਲੂ, ਵਾਹਿਗੁਰੂ ਆਹ ਸਬਜ਼ੀ ਪਾਇਓ, ਵਾਹਿਗੁਰੂ ਆਹ ਕਰਿਆਨਾ ਪਾਇਓ, ਇੰਨਾ ਪਿਆਰ ਪੈ ਜੂ ਤੁਹਾਡਾ ਵਾਹਿਗੁਰੂ ਸ਼ਬਦ ਨਾਲ। ਕੋਈ ਸ਼ੱਕ ਨਹੀਂ ਹੋਣੀ ਚਾਹੀਦੀ ਜਦੋਂ ਅਰਦਾਸ ਕਰਦੇ ਨੇ ਬਾਜੀ ਸਿੰਘ, ਕੀ ਕਹਿੰਦੇ ਆ ਬੋਲਣਾ ਜੀ? ਵਾਹਿਗੁਰੂ ਕਹਿੰਦੇ ਤੇ ਆਪਾਂ ਵਾਹਿਗੁਰੂ ਹੀ ਕਹਿ ਰਹੇ ਹਾਂ ਨਾ, ਨਿਕਲੀ ਜੀ ਤੇ ਆਪਾਂ ਵਾਹਿਗੁਰੂ ਸ਼ਬਦ ਦਾ ਸਿਮਰਨ ਕਰਨਾ, ਵਾਹਿਗੁਰੂ ਨਾਮ ਜਹਾਜ਼ ਹੈ, ਕਿਹੜੇ ਸੂਤਰੇ ਪਾਰ, ਜੇ ਤੁਰਦੇ ਫਿਰਦੇ ਖਾਂਦੇ ਪੀਂਦੇ ਤੁਸੀਂ ਸਿਮਰਨ ਕਰਦੇ ਹੋ, ਚਾਹੇ ਬੋਲ ਕੇ ਕਰ ਲਓ, ਚਾਹੇ ਮਨ ਚ ਕਰ ਲਓ, ਸਮਝ ਲਓ ਜਹਾਜ਼ ਤੇ ਚੜੇ ਹੋਏ ਹੋ, ਤੇ ਜਦੋਂ ਉਧਰੋਂ ਤੁਹਾਡਾ ਧਿਆਨ ਟੁੱਟ ਗਿਆ, ਸਿਮਰਨ ਬੰਦ ਹੋ ਗਿਆ, ਤੇ ਸਮਝੋ ਜਹਾਜ਼ ਤੋਂ ਥੱਲੇ ਆ ਗਏ, ਉੱਤਰ ਗਏ, ਤੇ ਜੇ ਚੜੇ ਰਹੋਗੇ ਤਾਂ ਗੁਰੂ ਜ਼ਿੰਮੇਵਾਰੀ ਲੈਂਦਾ, ਕਹਿੰਦਾ ਪਾਰ ਮੈਂ ਆਉਂਗਾ, ਗੁਰਪਾਰ ਕਾਰਨ ਹਾਰ। ਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਹੋਈ, ਕਹਿੰਦੇ ਜਪ ਹੋਮੇ ਦੂਰ ਹੋ ਜਾਏਗੀ, ਹੋਮੇ ਹੀ ਆ ਜਿਹੜੀ ਮਾਲਕ ਨੂੰ ਮਿਲਣ ਦੀ ਹੁੰਦੀ, ਹੋਮੇ ਨਾਵੇ ਨਾਲ ਵਿਰੋਧ ਹੈ ਦੋਏ ਬਸੇ ਮੈਂ ਇੱਕੋ, ਫਿਰ ਹੋਮੇ ਹੀ ਆ ਨਾ ਜਿਹੜੀ ਸਾਨੂੰ ਗਲਤ ਜੂਨ ਚ ਲੈ ਜਾਂਦੀ ਹੈ, ਹੈਨੀ ਕਿੱਥੇ ਪਵਾ ਦਿੰਦੀ ਆ? ਕਹਿੰਦੇ ਇੱਕ ਬੰਦੇ ਕੋਲ ਪੈਸੇ ਜ਼ਿਆਦਾ ਨੇ, ਧਨ ਜ਼ਿਆਦਾ, ਉਹ ਕਹਿੰਦਾ ਮੇਰੇ ਕੋਲ ਪੈਸਾ ਬਹੁਤ, ਉਹਨੂੰ ਹੋਮੇ ਆ। ਇੱਕ ਕੋਲੇ ਜ਼ਮੀਨ ਜ਼ਿਆਦੇ ਆ, ਉਹਦੇ ਕੋਲੇ ਉਹ ਕਹਿੰਦਾ ਮੇਰੇ ਜਿਹੜੀ ਜ਼ਮੀਨ ਹੀ ਨਹੀਂ ਕਿਸੇ ਕੋਲ, ਮੇਰੇ ਕੋਲ ਇੰਨੇ ਕਿੱਲੇ ਜ਼ਮੀਨ ਸੀ, ਉਹਦੇ ਕੋਲੇ ਆਉਂਦਾ, ਮੰਮੀ ਜ਼ਿਮੀਦਾਰ ਘਰਾਂ ਨਾਲ ਸੰਬੰਧ ਰੱਖਦਾ, ਥੋੜ੍ਹੀ ਜਿਹੀ ਮੇਰੇ ਕੋਲ ਪੈ ਰਹੀ ਹੈ, ਮੈਂ ਠੇਕੇ ਤੇ ਦੇਣਾ, ਅਤੇ ਗੁਜ਼ਾਰਾ ਵਧੀਆ ਚੱਲੀ ਜਾਂਦਾ, ਨਾਲੇ ਆਹ ਸੇਵਾ ਮਾਲਕ ਕਿਉਂਕਿ ਲੈ ਰਹੇ, ਤੁਸੀਂ ਵੀ ਕਰ ਸਕਦੇ ਹੋ, ਕੋਈ ਵੀ ਕਰ ਸਕਦਾ, ਸਾਰੇ ਮਾਲਕ ਦੇ ਬੱਚੇ ਆ, ਆਪਦੇ ਪਿਤਾ ਦੀ ਮਾਤਾ ਪਿਤਾ ਦੀ ਆਪਾਂ ਸਿਫਤਸਲਾਹ ਕਰ ਸਕਦੇ। ਅਤੇ ਹੁਣ ਤੁਰਦਿਆਂ ਫਿਰਦਿਆਂ ਬਹਿੰਦਿਆਂ ਉੱਠਦਿਆਂ ਆਪਾਂ ਨਾਮ ਜਪਣਾ, ਮਾਲਕ ਦੇ ਨਾਲ ਅਸੀਂ ਜੁੜੇ ਰਹਿਣਾ, ਫਿਰ ਤੁਸੀਂ ਗੁਰਬਾਣੀ ਦੇ ਵਿੱਚ ਸਿਮਰਨ ਬਾਰੇ ਹੋਰ ਬਹੁਤ ਕੁਛ ਦੱਸਿਆ ਗਿਆ, ਕਹਿੰਦੇ ਸਿਮਰਨ ਕਰਨ ਨਾਲ ਸੁੱਖ ਮਿਲੇਗਾ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕਲ ਕਲੇਸ਼ ਤਨ ਮਨੇ ਵਟਾਵੋ। ਫਿਰ ਇਹ ਵੀ ਦੱਸਿਆ ਗਿਆ ਵੀ ਸਿਮਰਨ ਕਰਕੇ ਕੋਈ ਕੰਮ ਕਰੋ ਤੇ ਕੋਈ ਵਿਘਨ ਨਹੀਂ ਲੱਗੇਗਾ, ਪ੍ਰਭ ਸਿਮਰਤ ਕੈਸੇ ਵਿਘਨ ਨਾ ਲੱਗੇ, ਸਿਮਰ ਸਿਮਰ ਹਰ ਕਾਰਨ ਕਰਨਾ, ਸਾਰਾ ਆਪਾਂ ਨੂੰ ਦੱਸ ਦਿੱਤਾ ਮਹਾਰਾਜ ਨੇ, ਕਹਿੰਦੇ ਵੀ ਸਿਮਰਨ ਕਰਨਾ ਪਊ, ਸਿਮਰਨ ਸਿਮਰਨ ਕਰ ਲੂ।
ਸੁਣ ਲਓ ਧੁਨ ਵਿੱਚ ਕਰਦਿਆਂ ਕਰਦਿਆਂ ਰਿਪੀਟ ਕਰਦਿਆਂ ਕਰਦਿਆਂ ਵਾਰ ਵਾਰ ਜਦੋਂ ਨੀਂਦ ਆਉਣ ਲੱਗੀ ਕੰਨਾਂ 'ਚ ਖਿਆਲ ਰੱਖੋਗੇ ਅਤੇ ਕੰਨਾਂ 'ਚ ਇੱਕ ਆਵਾਜ਼ ਆਏਗੀ ਜਿਵੇਂ ਸੁਣ ਸਰਾਂ ਜਗ੍ਹਾ 'ਚ ਹੋਈ ਸ਼ਨਾਚੇ ਦੀ ਆਵਾਜ਼ ਟਿੱਡੀਆਂ ਜਿਵੇਂ ਬੋਲਦੀਆਂ ਹੋਣ ਜਾਂ ਬਿੰਡਾ ਬੋਲਦਾ ਹੋਵੇ ਇਸ ਤਰ੍ਹਾਂ ਦੀ ਆਵਾਜ਼ ਜਾਂ ਜਿਵੇਂ ਬੀਨ ਵੱਜਦੀ ਹੋਵੇ ਉਹਦੀ ਆਵਾਜ਼ ਜਾਂ ਜਿਵੇਂ ਸੰਖ ਵੱਜਦਾ ਹੋਵੇ ਜਾਂ ਬੰਸਰੀ ਵੱਜਦੀ ਹੋਵੇ ਇਸ ਤਰ੍ਹਾਂ ਦੀ ਆਵਾਜ਼ ਕੰਨਾਂ ਦੇ ਵਿੱਚ ਤੁਹਾਨੂੰ ਸੁਣਾਈ ਦੇਣਗੀਆਂ। ਤੁਸੀਂ ਦੇਖੋਗੇ ਵੀ ਆਸੇ ਪਾਸੇ ਨਾ ਤਾਂ ਸਾਡੇ ਘਰ ਨਾ ਆਸੇ ਪਾਸੇ ਕੋਈ ਸਾਜ ਤਾਂ ਵੱਜਦੇ ਨਹੀਂ ਪਏ ਵੀ ਇਹ ਕਿੱਥੇ ਆ। ਉਹ ਫਿਰ ਇਸ ਸੰਸਾਰ ਦੇ ਨਾਲੋਂ ਇਹਨੂੰ ਲੋਕ ਕਹਿੰਦੇ ਆ, ਉਹ ਪ੍ਰਲੋਕ ਕਹਿੰਦੇ ਆ। ਫਿਰ ਤੁਹਾਨੂੰ ਪ੍ਰਲੋਕ ਦੀ ਉਧਰਲੀ ਆਵਾਜ਼ ਸੁਣਨੀ ਸ਼ੁਰੂ ਕਰੇਗੀ, ਠੀਕ ਹੈ। ਪਿਤਾ ਦੀ ਆਵਾਜ਼, ਰੱਬ ਦੀ ਆਵਾਜ਼, ਆਪਾਂ ਪਤਾ ਹੀ ਨਹੀਂ ਰੱਬ ਦੀ ਆਵਾਜ਼ ਕਿਸ ਤਰ੍ਹਾਂ ਦੀ, ਕਿਸੇ ਨੂੰ ਪਤਾ ਨਹੀਂ ਰੱਬ ਦੀ ਆਵਾਜ਼ ਕਿਸ ਤਰ੍ਹਾਂ ਦੀ, ਅੱਖਰਾਂ ਵਾਲੀ ਨਹੀਂ ਹੈਗੀ। ਉਹ ਇੱਕ ਧੁੰਨ ਆ, ਕੀ ਹੈ ਜੀ? ਧੁੰਨ, ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁੰਨ ਬਾਣੀ, ਚਿਰ ਹੋਵਾ ਦੇਖੇ ਸਾਰਿਨ ਪਾਣੀ। ਵੀ ਮਾਲਕ ਸਾਡਾ ਪਾਣੀ ਵਰਗਾ, ਸ਼ੀਸ਼ੇ ਵਰਗਾ, ਪਾਣੀ ਸ਼ੀਸ਼ਾ ਹੈ, ਸ਼ੀਸ਼ੇ ਵਰਗਾ ਪਾਣੀ ਵਰਗਾ, ਅਤੇ ਉਹਦੀ ਆਵਾਜ਼ ਜਿਹੜੀ ਹੈ ਉਹ ਇੱਕ ਧੁੰਨ ਹੈ, ਅੱਖਰਾਂ ਵਾਲੀ ਨਹੀਂ ਹੈ। ਉਸ ਆਵਾਜ਼ ਨੂੰ ਨਾਮ ਕਿਹਾ ਗਿਆ, ਜਿੱਥੋਂ ਸੰਸਾਰ ਬਣਾਇਆ ਮਾਲਕ ਨੇ ਨਾਮ ਕੇ ਤਾਰੇ ਸਜੇ ਜਨ, ਨਾਮ ਕੇ ਤਾਰੇ ਖੰਡ ਬ੍ਰਹਿਮੰਡ। ਉਹ ਨਾਮ ਆ ਜਿਹੜਾ ਅੱਖਰਾਂ 'ਚ ਨਹੀਂ ਆਉਂਦਾ, ਜਿਹੜਾ ਕਲਮ ਕਾਗਜ਼ 'ਤੇ ਲਿਖ ਨਹੀਂ ਸਕਦੀ। ਅਸਲ ਨਾਮ ਜਿਹੜਾ ਉਹ ਲਿਖਣ ਪੰਛ ਨਹੀਂ ਆਉਂਦਾ, ਉਹ ਸੁਣਨ ਵਿੱਚ ਆਉਂਦਾ। ਕਾਗਜ਼ ਕਲਮ ਨਾਲ ਲਿਖਣ ਹਾਰ, ਮੰਨੇ ਗਾ ਬੈ ਕਰਨ ਵਿਚਾਰ, ਐਸਾ ਨਾਮ ਨਿਰਜਨ ਹੋਏ ਜੇਕੋ ਮਨ ਜਾਣੇ ਮਨ ਕਰੋ। ਅਸੀਂ ਨਿਕਲ ਨੂੰ ਨਹੀਂ ਮਿਲਣਾ, ਅਸੀਂ ਅਸਲ ਨੂੰ ਮਿਲਣਾ, ਜਿਹਨੂੰ ਅਸੀਂ ਕਹਿੰਦੇ ਹਾਂ ਸੱਚ ਸਭਨਾ ਕਾ ਖਸਮ ਹੈ। ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਏ, ਜਿਹਦੇ 'ਤੇ ਉਹ ਕਿਰਪਾ ਕਰਦਾ ਉਹ ਮਨ ਨੂੰ ਮਿਲ ਲੈਂਦਾ। ਅਤੇ ਹੁਣ ਵਿਧੀ ਬਣਾਈ ਮਾਲਕ ਨੇ, ਕੀ ਕੀਤਾ ਜੀ? ਵਿਧੀ ਬਣਾਈ। ਕੀ ਬਣਾਈ ਵਿਧੀ? ਵੀ ਭਾਈ ਦਲਵੀਰ ਸਿੰਘ ਜੀ, ਸਾਡੇ ਸਤਿਕਾਰਯੋਗ ਭੈਣ ਜੀ ਬਲਜੀਤ ਕੌਰ ਜੀ, ਇਹ ਸੱਚ ਭਾਈ ਨੇ ਗੁਰਮੁਖ। ਮਾਲਕ ਨੇ ਇਹਨਾਂ ਦਾ ਪਰਦਾ ਲਾਇਆ, ਪੰਜਾਂ ਪਿਆਰਿਆਂ ਤੋਂ ਪਰਦਾ ਲਵਾਇਆ ਇਹਨਾਂ ਨੇ, ਕਿਉਂਕਿ ਮਾਲਕ ਵਿੱਚ ਆਪਣੇ ਵਿੱਚ ਇੱਕ ਪਰਦਾ ਹੈ। ਉਹ ਪਰਦਾ ਕਹਿੰਦਾ ਹੋਮੇ ਦਾ, ਜਿਵੇਂ ਆਪਾਂ ਪਹਿਲਾਂ ਵਿਚਾਰ ਕਰਦੇ ਹਾਂ, ਦੱਸ ਰਹੇ ਸੀ ਕਿਸੇ ਨੂੰ ਜ਼ਮੀਨ ਦੀ ਹੋਮੇ, ਕਿਸੇ ਨੂੰ ਪੈਸੇ ਦੀ ਹੋਮੇ, ਧਨ ਭੂਮੀ ਦਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਗਿਆਨ। ਉਹ ਮੂਰਖ ਤੇ ਅੰਧਾ ਦੱਸਿਆ ਗਿਆ। ਕਈਆਂ ਨੂੰ ਗੁਮਾਨ ਹੁੰਦਾ ਵੀ ਮੈਂ ਸੋਹਣਾ ਬੜਾ, ਜੋ ਜਾਣੇ ਮੈਂ ਜੋਗਣ ਬੰਦ, ਸੋ ਹੋਵਤ ਵਿਸ਼ਟਾ ਕਰ ਜਾਂ, ਉਹ ਕੀੜੀ ਗੰਦਗੀ ਦਾ ਕੀੜਾ ਬਣੇਗਾ। ਅਤੇ ਅਸੀਂ ਕਦ ਕਰੀਏ? ਆਮੇ ਨਾਵੇ ਨਾਲ ਵਿਰੋਧ ਹੈ, ਜੋ ਵਸੇ ਨੇ ਕੋ ਇੱਕ ਥਾਂ ਤੇ ਨਹੀਂ ਰਹਿ ਸਕਦੇ। ਤੇ ਜੇ ਨਾਮ ਇੱਕ ਵਾਰੀ ਵਸ ਗਿਆ ਸਾਡੇ ਅੰਦਰ, ਫਿਰ ਹੋਮੇ ਨਹੀਂ ਆਏਗੀ, ਕਦੀ ਨਹੀਂ ਆਏਗੀ, ਫਿਰ ਤਾਂ ਨਿਮਰਤਾ ਆਏਗੀ। ਹਾਂਜੀ, ਗੁਰਮੁਖ ਕਿਵੇਂ ਘਰ ਚੱਲਦਾ ਹੈ? ਫਿਰ ਆਪਾਂ ਕੀ ਕਹਾਂਗੇ? ਮਾਲਕ ਦੀ ਕਿਰਪਾ ਜੀ, ਦੋ ਵਰਗ ਦੀ ਰੋਟੀ ਮਿਲਦੀ, ਇੱਜ਼ਤ ਦੀ ਰੋਟੀ ਦੋ ਵਰਗ ਦੀ ਮਾਲਕ ਦੇਈ ਜਾਂਦਾ, ਸੱਚੀ ਸੁੱਚੀ ਕਿਰਤ ਦੇਈ ਜਾਂਦਾ, ਕਹਿ ਬਣ ਗਿਆ। ਅਤੇ ਜੇ ਕਿਤੇ ਨਾਮ ਅੰਦਰ ਨਾ ਵਸਿਆ ਹੋਊਗਾ ਤਾਂ ਫਿਰ ਕੋਈ ਪੁੱਛ ਲਓ ਬੜੀ ਕਿਰਪਾ ਹੈ, ਇੰਨੇ ਇੰਨਾ ਆਪਣਾ ਝਾੜ ਨਿਕਲਿਆ ਜੀ, ਇੰਨੇ ਦੀ ਆਪਾਂ ਇੰਨੇ ਦੀ ਫਸਲ ਵੇਚਤੀ ਜੀ, ਇੰਨਾ ਆਪਾਂ ਨੂੰ ਵਿਆਹ ਆ ਗਿਆ ਜੀ, ਉਹ ਆ ਗਏ। ਹੁਣੇ ਬੋਲਦੀ ਹੈ, ਕੀ ਬੋਲਦੀ ਹੈ? ਤੁਮੇ ਬੋਲਦੀ। ਅਤੇ ਇਹ ਪੰਜੇ ਜਾਣੀ ਆ ਨਾ, ਜਿਹੜੇ ਕਾਮ ਕਰੋ ਲੋ ਮੋਹਕਾਰ, ਜਿਹੜੇ ਮਾਲਕ ਨੂੰ ਮਿਲ ਨਹੀਂ ਦਿੰਦੇ, ਵਿਚਾਰਾਂ 'ਚ ਪਾ ਲੈਂਦੇ ਆ। ਕੀ ਕਰਦੇ ਜੀ? ਖਿਆਲਾਂ 'ਚ ਪਾ ਲੈਂਦੇ ਆ।
ਇਹ ਵੀ ਬੜਾ ਡੂੰਘਾ ਖੇਡ ਹੈ, ਇਹਨੂੰ ਆਪਾਂ ਧਿਆਨ ਨਾਲ ਸਮਝੀਏ ਆਪਾਂ ਸਾਰੇ ਧੀਆਂ ਪੁੱਤਾਂ ਵਾਲੇ ਹਾਂ। ਫਿਜੀਕਲ ਇੱਕ ਚੀਜ਼ ਵੱਖਰੀ ਹੈ, ਇੱਕ ਸੂਖਮ ਆ। ਕੀ ਹੈ ਜੀ? ਸੂਖਮ। ਹੁਣ ਜਿਹੜਾ ਸਾਡਾ ਮਨ ਹੈ ਇਹ ਦਿਸਦਾ ਨਹੀਂ ਹੈਗਾ, ਇਹ ਕੀ ਹੈ? ਸੂਖਮ। ਰੱਬ ਹੈਗਾ ਦਿਸਦਾ ਨਹੀਂ, ਉਹ ਕੀ ਹੈ? ਸੂਖਮ। ਮਹਾਰਾਜ ਜੀ ਬਾਣੀ 'ਚ ਲਿਖਿਆ ਹੈ, ਹਰ ਜੀ ਸੂਖਮ ਅਗਮ ਹੈ। ਤੀਜੇ ਪਾਤਸ਼ਾਹ ਜੀ ਕੀ ਕਹਿੰਦੇ? ਹਰ ਜੀ ਸੂਖਮ ਅਗਮ ਹੈ। ਕਿਤ ਬਿਧ ਮਿਲਿਆ ਜਾਏ, ਕਿਹੜੇ ਤਰੀਕੇ ਨਾਲ ਮਿਲਿਆ ਜਾਏ, ਇਹਨਾਂ ਵਰਗੀ ਹੈਗਾ ਨਾ ਜੇ ਤੀਜੇ ਪਾਤਸ਼ਾਹ ਕਹਿ ਰਹੇ ਨੇ। ਉਹ ਅੱਖ ਹੋਰ ਆ, ਇਹਨਾਂ ਅੱਖਾਂ ਦੇ ਵਿੱਚ ਅੱਖ ਬਣਦੀ ਹੈ, ਉਹਦੇ ਨਾਲ ਦਿਸਦਾ। ਫਿਰ ਜੋ ਮਨ ਵੀ ਨਹੀਂ ਹੈਗਾ ਦਿਸਦਾ ਨਹੀਂ, ਮਾਲਕ ਵੀ ਹੈਗਾ ਦਿਸਦਾ ਨਹੀਂ। ਧਰਮ ਰਾਏ ਬਾਣੀ 'ਚ ਪੜ੍ਹਦੇ ਹਾਂ, ਦੇਖਿਆ ਨੀ ਕਿਸੇ ਨੇ? ਗਾਵੈ ਤੁਹਾਨੂੰ ਚਿਤਗੁਪਤ ਲਿਖ ਜਾਣੇ ਲਿਖ ਲਿਖ ਧਰਮ। ਚਿਤਗੁਪਤ ਵੇਖਿਆ ਨੀ ਹੈਗੀ ਹੈ? ਗੁਰਬਾਣੀ 'ਚ ਨਾਂ ਲਿਖੇ ਹੋਏ ਨੇ ਤੇ ਜਮ ਲਿਖੇ ਨੇ ਗੁਰਬਾਣੀ 'ਚ। ਤਾਕਤ ਹਰ ਸਾਧ ਨਾ ਜਾਣਿਆ ਤੇਨੇ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚਲੇ ਚੁਭੇ ਦੁੱਖ ਪਾਵੇ, ਜਮ ਕਾਲ ਸਹਿ ਸਿਰ ਡੱਡਾ ਹੈ। ਦੇਖਿਆ ਨੀ ਕਿਸੇ ਨੇ? ਨਹੀਂ ਨਾ, ਹੈਗੀ ਹੈ ਨਾ ਗੁਰਬਾਣੀ ਤਾਂ ਕਹਿੰਦੀ ਹੈਗੀ ਹੈ। ਤੇ ਫਿਰ ਕਾਲ ਵੀ ਹੈਗਾ, ਜਿਹਦੀ ਗਿਰਫਤ ਦੇ ਵਿੱਚ ਸਾਡਾ ਮਨ ਆਇਆ ਹੋਇਆ, ਉਹਦੇ ਗਿਰਫਤ 'ਚੋਂ ਅਸੀਂ ਬਾਹਰ ਨਿਕਲਣਾ, ਇੰਨੇ ਸਮੇਂ 'ਚ ਇੰਨੇ ਸਮੇਂ 'ਚ ਨਿਕਲਣਾ। ਇੱਕ ਚਿੱਤ ਜੇ ਕਿਸੇ ਨੇ ਆਇਓ ਕਾਲ ਪਾਸ ਕੇ ਵਿੱਚ ਨਾ ਆਇਓ, ਉਹ ਕਿਵੇਂ ਨਿਕਲਣਾ? ਇਹਨਾਂ ਮਤਲਬ ਕਿ ਕਾਲ ਵੀ ਹੈਗਾ। ਇਹ ਕੀ ਹੈ? ਸੁਖਮ। ਇਹ ਕੀ ਹੈ ਜੀ? ਮਾਲਕ ਦੀ ਫੈਮਿਲੀ ਸੁਖਮ ਆ, ਤੇ ਜਿਹੜੀ ਆਪਣੀ ਫੈਮਿਲੀ ਹੈ ਤੇ ਸਰੀਰਾਂ ਦੀ ਆ ਉਹ ਦੁਸ਼ਮਣ ਆ, ਤੇ ਚਲਾਉਣਾ ਇਹਨੂੰ ਸੁਖ ਵੀ ਹੈ। ਜੇ ਮਨ ਸੁਖ ਸਰੀਰ ਵਿੱਚ ਆਓ ਸਵੇਰੇ, ਰਾਤ ਨੂੰ ਸਰੀਰ ਛੱਡ ਜਾਓ, ਸੌਂਗੇ ਕਿੱਥੇ ਚਲਾ ਗਿਆ ਮਨ? ਜਦੋਂ ਸਵੇਰੇ ਮਨ ਬੋਡੀ 'ਚ ਆਉਂਦਾ ਹੈ ਉਦੋਂ ਮੈਂ ਇਸ ਸਰੀਰ ਨੂੰ ਚਲਾਉਂਦਾ, ਉੱਠ ਵੀ ਫਲਾਨੀ ਜਗ੍ਹਾ ਜਾਣਾ, ਟਾਈਮ ਨਾਲ ਉੱਠਣਾ, ਹੈਨਾ, ਨੱਕੇ ਮੁੜਨ ਜਾਣਾ, ਪਾਣੀ ਲਾਉਣ ਜਾਣਾ, ਚੱਲ ਫਲਾਨੇ ਵਿਆਹ ਜਾਣਾ, ਰਿਸ਼ਤੇਦਾਰੀ ਜਾਣਾ, ਉੱਠ ਇਹਨੂੰ ਸਰੀਰ ਨੂੰ ਧਵਾ ਸਾਫ਼ ਕਰ, ਫਿਰ ਬਰੱਸ਼ ਕਰਦੇ ਹਾਂ, ਨਹਾਉਂਦੇ ਹਾਂ, ਕੱਪੜੇ ਚੇਂਜ ਕਰਦੇ ਹਾਂ, ਤਿਆਰ ਹੁੰਦੇ ਹਾਂ, ਫਿਰ ਇਹਨੂੰ ਲੋੜ ਅਨੁਸਾਰ ਖਾਉਂਦੇ ਹਾਂ, ਚਾਹ ਦੁੱਧ ਪੀਂਦੇ ਹਾਂ, ਆਪਾਂ ਸਵੇਰੇ ਚੱਲ ਸਕਦੇ ਹਾਂ ਕਿ ਨਹੀਂ? ਤੇ ਇਹਨੂੰ ਚਲਾਉਂਦਾ ਕੌਣ? ਸੁਖਮ। ਜੇ ਹੁਣ ਮਨ ਸਰੀਰ 'ਚ ਆਵੇ ਨਾ ਤੇ ਦੱਸੋ ਕਿਵੇਂ ਚੱਲ? ਕਈ ਗੁਰਮੁਖ ਕਹਿੰਦੇ ਮਨਮੁੱਖਾਂ ਦੀ ਸੋਚ ਮਨਮੁੱਖਾਂ ਲਈ ਹੁੰਦੀ ਹੈ। ਉਹਨਾਂ ਉਹ ਕਹਿੰਦੇ ਵੀ ਬਾਬਾ ਦੀਪ ਸਿੰਘ ਇਹ ਕਦੀ ਹੋ ਹੀ ਨਹੀਂ ਸਕਦਾ ਵੀ ਜੇ ਸੀਸ ਵੱਢਿਆ ਜਾਵੇ ਨਾਲੋਂ ਲੈ ਜਾਵੇ ਕੋਈ ਯੁੱਧ ਕਰਨੇ, ਉਹਨਾਂ ਦੀ ਸੋਚ ਆ ਨਾ। ਫਿਰ ਅਸੀਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਤੁਸੀਂ ਮੈਨੂੰ ਇੱਕ ਗੱਲ ਦੱਸੋ, ਆਪਣੇ ਵਿੱਚੋਂ ਇੱਥੇ ਸੰਸਾਰ 'ਤੇ ਭਾਰੇ ਤੋਂ ਭਾਰਾ ਬੰਦਾ ਲਿਆਓ, 2 ਕੁਇੰਟਲ ਦਾ ਲਿਆਓ, 5 ਕੁਇੰਟਲ ਦਾ ਕੋਈ ਬੰਦਾ ਲਿਆਓ, ਕੋਈ ਲਿਆਓ, ਜਦੋਂ ਸੌਂ ਗਿਆ ਉਦੋਂ ਤੁਰ ਕੇ ਦਿਖਾਏ, ਜਦੋਂ ਉਹਦੇ ਵਿੱਚ ਮਨ ਆ ਗਿਆ ਉਦੋਂ ਮਨ ਠਾਊਗਾ ਉਹਨੂੰ ਵੀ ਚੱਲ ਉੱਠ, ਪੈਰਾਂ ਤੋਂ ਹੱਥਾਂ ਤੋਂ ਕੰਮ ਲਊਗਾ, ਜੇ ਭਾਰਾ ਦੇਣ ਜ਼ੋਰ ਮਾਰਦੀ ਥਾਂ ਇਹਨੂੰ ਸਕੂਟਰ ਮੋਟਰਸਾਈਕਲ 'ਤੇ ਪਾਏਗਾ, ਗੱਡੀ 'ਚ ਪਾਏਗਾ, ਇਹਨੂੰ ਕਹਿੰਦੇ ਚਾਬੀ ਕੱਢ, ਇਹਨੂੰ ਫਿਰ ਸੋਚੇਗਾ ਲਾ, ਇਹਨੂੰ ਸੈਲਫ ਮਾਰੀ ਹੋ ਗਿਆ, ਸਦੇ ਸਰੀਰ ਸਦੇ ਗੱਡੀ ਜਾਂ ਮੋਟਰਸਾਈਕਲ ਉਹ ਲੈ ਗਿਆ। ਕੌਣ ਲੈ ਗਿਆ? ਮਨ ਸੁਖਮ। ਤੇ ਬਾਬਾ ਦੀਪ ਸਿੰਘ ਜੀ ਦੀ ਭਗਤੀ ਇੰਨੀ ਸੀ, ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਰਨ ਵਿੱਚ ਰਹੇ ਸੀ, ਹੈਨੀ, ਤੇ ਸਾਰੇ ਵਾਰ 'ਚ ਬਾਬਾ ਦੀਪ ਸਿੰਘ ਜੀ ਦਾ ਸੀਸ ਕੱਟਿਆ ਗਿਆ, ਤੇ ਉਹ ਚੱਕਿਆ ਕਹਿੰਦੇ ਸੁਖਮ ਨੇ, ਗੰਢ ਨਹੀਂ ਸੀ ਖੁੱਲੀ,
ਕੀ ਨਹੀਂ ਸੀ ਹੋਇਆ ਜੀ, ਜਿਹੜੀ ਅੰਤਮ ਸਮੇਂ ਗੰਢ ਖੁੱਲਦੀ ਹੈ ਨਾ, ਐਂਡ ਵਾਲੇ ਸਵਾਸ ਤੇ ਗੰਢ ਖੁੱਲਦੀ ਹੈ, ਉਹ ਤੰਦਰੁਸਤ ਦੀ ਵੀ ਖੁੱਲ ਸਕਦੀ ਹੈ, ਕਿਉਂਕਿ ਸਵਾਸ ਪੂਰੇ ਸਵਾਸ ਪੂਰੇ ਹੋ ਗਏ, ਜਾਂ ਕੋਈ ਬਹਾਨਾ ਬਣੋ ਢਿੱਲਾ ਬੱਠਾ ਹੋਊਗਾ, ਕਹਿੰਦੇ ਕਿਸੇ ਦੀ ਵੀ ਖੁੱਲ, ਮੰਜੇ ਤੇ ਪੈ ਜੇ ਵੀ ਖੁੱਲ ਸਕਦੀ ਹੁੰਦਾ ਨਾ, ਆਪਾਂ ਨੂੰ ਪਤਾ ਲੱਗਦਾ ਸੁੱਤਾ ਪਿਆ ਰਹਿ ਗਿਆ। ਹੁਣ ਉਹ ਗੰਢ ਕਿੱਥੇ ਬੰਨੀ ਹੈ? ਸਾਡੀ ਧੁੰਦੀ ਹੋਈ ਆ ਸਰੀਰ ਸਾਹ ਨਾਲ ਚੱਲਦਾ, ਜਿਹੜਾ ਸਾਡਾ ਸੂਖਮ ਸਰੀਰ ਉਹ ਨਾਮ ਨਾਲ ਚੱਲਦਾ, ਸੂਖਮ ਉਹਦੇ ਚੋਂ ਨਾਮ ਲੈਣ ਦੇ ਚੋਂ ਪਾਉਣ ਲਈ ਨਾਮ ਨੂੰ ਤੇ ਪਾਉਣ ਨੂੰ ਗੱਲ ਮਾਰੀ। ਤੇ ਬਾਬਾ ਦੀਪ ਸਿੰਘ ਜੀ ਦੀ ਹਜੇ ਗੱਲ ਨਹੀਂ ਸੀ ਖੁੱਲੀ, ਕਿਉਂਕਿ ਸਾਂਝੇ ਵਾਰ ਚ ਉਹਨਾਂ ਦਾ ਸੀਸ ਪਹਿਲਾਂ ਲਿਆ ਨਾ, ਉਸੇ ਵਾਰ ਚ ਉਹਦਾ ਲੈ ਗਿਆ। ਤੇ ਬਾਬਾ ਦੀਪ ਸਿੰਘ ਜੀ ਭਗਤੀ ਇੰਨੀ ਸੀ, ਆਉਣਾ ਜਾਣਾ ਬਣਿਆ ਸੀ ਦਰਗਾਹ ਦੇ ਵਿੱਚ, ਉਹਨਾਂ ਦੇ ਮਨ ਨੇ ਉਹਨਾਂ ਦਾ ਸੀਸ ਚੱਕ ਲਿਆ, ਤਲੀ ਤੇ ਦਿਖਾਤਾ ਰੱਖ ਕੇ ਐਸ ਹੱਥ ਨਾਲ ਵਾਧਾ ਉਹਨਾਂ ਨੇ। ਤੇ ਜਦੋਂ ਸ਼ਹੀਦਾਂ ਦੇ ਗੁਰਦੁਆਰੇ ਉੱਥੇ ਪਹੁੰਚੇ ਨੇ, ਹਜੇ ਬੰਦ ਕਰਦੇ ਨੇ ਗੁਰਮੁਖਾਂ ਤੋਂ ਲੈ ਕੇ, ਕਈ ਵਾਰੀ ਨਹੀਂ ਬੰਦ ਕਰਨਾ, ਕੋਈ ਕੋਈ ਪਿਆਰ ਨਾ ਕਰ, ਸੋਚੀ ਬੰਦ ਕਰ ਕਰਦੇ ਜੀ, ਜੇ ਨਹੀਂ ਪਤਾ ਨਾਲ ਕਰਾ ਜੋ ਧਿਆਨ ਉੱਠ ਜਾਂਦਾ। ਬਾਬਾ ਦੀਪ ਸਿੰਘ ਜੀ ਜਦੋਂ ਵੇਖਿਆ ਉਹਨਾਂ ਨੇ ਵੀ ਜੰਗ ਕਰਦੇ ਗਏ, ਦੇਖੋ ਉਹਨਾਂ ਤੋਂ ਜੰਗ ਕਰਦੇ ਗਏ ਕਿ ਜਿੱਥੇ ਹੁਣ ਆਪਾਂ ਨਹਿਰ ਦਾ ਪੁਲ ਪਾਰ ਕਰਦੇ, ਉੱਥੇ ਜਾ ਕੇ ਸਾਹਮਣੇ ਗੁਰਦੁਆਰਾ ਸ਼ਹੀਦਾਂ ਦਾ, ਉੱਥੇ ਜਾ ਕੇ ਜਦੋਂ ਬਾਬਾ ਦੀਪ ਸਿੰਘ ਜੀ ਨੇ ਅੰਤਰਗਤ ਨਿਗਾਹ ਮਾਰੀ, ਦੇਖਿਆ ਕਿ ਗੰਢ ਖੁੱਲਣ ਲੱਗੀ, ਹੁਣ ਸਮਾਂ ਹੋ ਗਿਆ, ਉੱਥੋਂ ਸੀਸ ਛੱਡਿਆ ਜਿਹੜਾ ਪ੍ਰਕਰਮਾ। ਇਹ ਪ੍ਰੈਕਟੀਕਲ ਹੈ। ਅੱਜ ਦਾ ਦਿਨ ਸੀ, ਦੀਪ ਸਿੰਘ ਜੀ ਦੇ ਨਾਲ ਹੀ ਸੀਗੇ ਸਟੂਡੈਂਟ ਦਸ਼ਮੇਸ਼ ਪਿਤਾ ਜੀ, ਉਹਨਾਂ ਦਾ ਵੀ ਪ੍ਰੈਕਟੀਕਲ ਕਿੱਡਾ ਸੀ, ਕਿੰਨੀ ਭਗਤੀ ਸੀ ਉਹਨਾਂ ਦੀ। ਤੇ ਉਹਨੇ ਨਾ ਜਲਾਲ ਦੇ ਇੱਥੋਂ ਹੱਥ ਫੜ ਕੇ ਇੱਥੋਂ ਵੱਢਣ ਲੱਗਾ ਗੁੱਟ, ਤੇ ਭਾਈ ਮਨੀ ਸਿੰਘ ਜੀ ਕਹਿੰਦੇ ਕਹਿੰਦੇ ਨਾ ਇੱਥੋਂ ਨਹੀਂ ਮੱਥਾ ਆਇਆ, ਅਸੀਂ ਇੱਥੋਂ ਪਹਿਲਾਂ ਪਹਿਲਾ ਬੰਦ ਇੱਥੋਂ ਸ਼ੁਰੂ ਹੁੰਦਾ, ਦੂਸਰਾ ਆ ਹੈ, ਤੀਸਰਾ ਫਿਰ ਇੱਥੇ ਆਈ, ਪਹਿਲਾਂ ਇਹਨਾਂ ਨੂੰ ਤਾਂ ਵੱਢ ਲਾ, ਆਪ ਯਾਦ ਕਰਾਇਆ ਨੂੰ, ਉਹ ਤਾਂ ਇੱਥੋਂ ਲੱਗਾ ਸੀ ਨਾ। ਤੇ ਕਿੰਨੀ ਮਿਹਨਤ ਸੀ ਜਦੋਂ ਇੱਥੋਂ ਕੱਟਣ ਲੱਗਾ, ਉਹ ਆਪਦੀ ਸੋਤੀ ਇੱਥੇ ਲਿਆ, ਇੱਥੋਂ ਕੱਟਣ ਲੱਗਿਆ ਭਾਈ ਮਨ ਸਿੰਘ ਸੋਤੀ ਇੱਥੇ ਲਿਆ, ਇਹ ਬੰਦ ਕਰਦੇ ਗਿਆ ਇੱਥੇ, ਆਹ ਗੁੱਟ ਕੱਟਣ ਲੱਗੇ ਇੱਥੇ ਲਿਆ, ਇੱਥੋਂ ਕੱਟਣ ਲੱਗੇ ਇੱਥੇ ਲਿਆ, ਇੱਥੋਂ ਕੱਟਣ ਲੱਗੇ ਇੱਥੇ ਲਿਆ, ਫਿਰ ਇੱਥੋਂ ਸਿੱਧੀ ਇੱਥੇ ਲਿਆ, ਇੱਥੇ ਆ ਸਾਡਾ ਮਾਲਕ, ਇੱਥੇ ਆ ਕਾਲ ਤੱਕ ਜਿੱਥੇ ਮਨ ਦਾ ਫੈਸਲਾ ਹੋਣਾ, ਉੱਧਰ ਕਿਹਦਾ ਫੈਸਲਾ ਹੋਣਾ, ਸਰੀਰਾਂ ਦੇ ਤੌਰ 'ਤੇ ਜਾਣਾ, ਜੋ ਉੱਥੇ ਦੁਸ਼ਮਣ ਰੂਪ 'ਚ ਕਿਸੇ ਨੇ ਕੋਈ ਗਲਤੀ ਕੀਤੀ, ਉਹਨੂੰ ਤਨਖਾਹ ਲੱਗ ਗਈ, ਉੱਥੇ ਉਹਨੂੰ ਉਹਦਾ ਹੁੰਦਾ ਹਿਸਾਬ ਦਾ, ਇੱਧਰ ਕਿਹਦਾ ਹੋਣਾ, ਗੁਰਬਾਣੀ ਗੱਲ ਮਨ ਜੀਤੇ ਜਗ ਜੀ, ਮਨ ਤੋਂ ਜੋ ਸਰੂਪ ਹੈ ਮਨ ਹਾਰੀ ਕਿਸਾਨ, ਗਾਰੀ ਗੱਲ ਹੀ ਮੰਨਦੀ ਹੈ, ਇੱਧਰ ਕਿਹਦਾ ਫੈਸਲਾ ਹੋਣਾ, ਮਨ ਦਾ। ਅਤੇ ਮਨ ਕਿੱਥੇ ਹੈ ਜੀ, ਨੇਤਰਾਂ 'ਚ, ਕਿੱਥੇ ਹੈ, ਨੇਤਰਾਂ ਦੇ ਵਿੱਚ। ਮਨ ਨੂੰ ਪਹਿਲਾਂ ਦੋ ਜੋਤ ਤੋਂ ਇੱਕ ਜੋਤ ਕਰਨਾ ਪੈ ਗਿਆ, ਕੀ ਕਰਨਾ ਪੈ ਗਿਆ ਜੀ, ਦੋ ਡਿਵਾਈਡ ਹੋ ਗਿਆ ਨਾ ਦੋ, ਇਹਨੂੰ ਫਿਰ ਮੰਨਣਾ ਹੈ ਤੁਸੀਂ ਵੀ ਮੈਂ ਦੋਨੇ ਅੱਖਾਂ ਨੂੰ ਇੱਕ ਕਰ ਚੁੱਕਿਆ, ਜਦੋਂ ਤੁਸੀਂ ਮੰਨ ਲਿਆ ਤੇ ਤੁਹਾਡੇ ਦੋ ਜੋਤ ਤੇ ਇੱਕ ਜੋਤ ਫਿਰ ਹੋ ਗਿਆ, ਮਨ ਹੋ ਗਿਆ, ਫਿਰ ਮਨ ਹੋ ਗਿਆ, ਫਿਰ ਮਾਲਕ ਦਿਸਦਾ। ਇਹ ਪ੍ਰੈਕਟੀਕਲ ਆਪਾਂ ਮਾਲਕ ਦੀ ਕਿਰਪਾ ਦੇ ਨਾਲ ਹਰ ਐਤਵਾਰ ਵਾਲੇ ਦਿਨ, ਮੇਰਾ ਪਿੰਡ ਜੱਦੀ ਕੌਂਕੇ ਕਲਾਂ ਹੀ, ਕੌਂਕੇ ਕਲਾਂ ਦੇ ਵਿੱਚੋਂ ਗੁਰੂ ਸਰ ਪਿੰਡ ਵਸਿਆ, ਸਾਡੀਆਂ ਜ਼ਮੀਨਾਂ ਇੱਧਰ ਆ ਗਈਆਂ ਵੱਡਿਆਂ ਦੀਆਂ, ਬਾਪੂ ਜੀ ਉਹਨਾਂ ਦੀਆਂ, ਇੱਧਰ ਫਿਰ ਆਪਾਂ ਆਪਣੀ ਜ਼ਮੀਨ ਦੇ ਵਿੱਚ ਥੋੜ੍ਹੀ ਜਿਹੀ ਜਗ੍ਹਾ ਬਣਾ ਕੇ ਗੁਰੂ ਘਰ ਜਾਂਦੇ ਸੀ, ਸਮਾਂ ਨਹੀਂ ਸੀ ਮਿਲਦਾ, ਇੱਧਰ ਵੀ ਗੁਰੂ ਘਰ ਬਣੇ ਹੋਏ ਆ ਵੀ ਸਾਨੂੰ ਸਮਾਂ ਦਿਓ, ਅਸੀਂ ਬੈਠਿਆ ਕਰਨਾ,
ਉਹ ਨਹੀਂ ਫਿਰ ਆ ਕੇ ਦੇਖਿਆ ਵੀ ਆਪਣੇ ਫਿਰ ਖੇਤ ਵਿੱਚ ਜਗ੍ਹਾ ਬਣਾਈ ਥੋੜ੍ਹੀ। ਜਦੋਂ ਨਾਨਕ ਸਰੋਂ ਗੁਰੂ ਸਾਹਿਬ ਪਿੰਡ ਵੱਧਦੇ ਹਾਂ, ਉਲਟੀ ਸਰ ਮੁੰਡਾ ਖੱਬਿਆ ਤੁਹਾਡੇ ਸੱਜੇ ਸਾਹਮਣੇ ਹੁਣ ਛੱਕ ਬਣੇ ਹੋਏ ਆ ਉੱਥੇ ਆਪਣਾ, ਉੱਥੇ ਅਸੀਂ ਐਤਵਾਰ ਨੂੰ ਆਹੀ ਵਿਚਾਰਾ ਕਰਦੇ ਔਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗੇ ਰੱਖ ਕੇ ਕਰਦੇ ਔਰ ਨਾਲ ਸਟੂਡੈਂਟ ਤਿਆਰ ਕੀਤੇ ਕੀ ਕੀਤੇ ਇਸ ਮਾਰਗ ਦੇ ਚੱਲਣ ਵਾਲੇ ਬੱਚੇ ਬੱਚੀਆਂ ਉਹਨਾਂ ਨੂੰ ਕਿਹਾ ਪੁੱਤ ਸਿੱਖੋ। ਆ ਦੁਨੀਆਂ ਦੇ ਕਿਸੇ ਕੋਨੇ 'ਤੇ ਜਾਓਗੇ ਜੇ ਇੱਥੋਂ ਸਿੱਖੇ ਹੋਵੋਗੇ ਕੋਈ ਵੀ ਸਵਾਲ ਤੁਹਾਨੂੰ ਕਰੇਗਾ ਤੁਹਾਡੇ ਜਵਾਬ ਮਿਲੇਗਾ, ਤੁਹਾਡੇ ਕੋਲ ਜਵਾਬ ਹੋਏਗਾ। ਅਤੇ ਸਾਰੇ ਬੱਚੇ ਜਿਹੜੇ ਕਿ ਸਾਰੇ ਸਿੱਖ ਦੇ ਵਿੱਚ ਇਹ ਵੀ ਆਉਂਦੇ ਨੇ ਗੁਰੂ ਕਿ ਕੋਠੇ ਵਗੂ ਤੋਨੇ ਹਾਂਜੀ, ਅਤੇ ਇਸ ਤਰ੍ਹਾਂ ਫੌਜਰ ਟਾਇਰ ਨੇ ਇਹ ਮਲਕਪਿੰਡ ਤੋਂ ਨੇ ਅਤੇ ਸ਼ੇਰਪੁਰੇ ਤੋਂ ਨੇ, ਪੜ੍ਹੇ ਲਿਖੇ ਨੇ, ਲੈਕਚਰਾਰ ਲੱਗੇ ਹੋਏ ਸੀ ਕਾਲਜ ਇਹ ਬਾਪੂ ਜੀ ਸ਼ੇਰਪੁਰੇ ਤੋਂ ਹੈ ਨਾ। ਅਤੇ ਮਤਲਬ ਕਹਿਣ ਦਾ ਇਹ ਕਿ ਇਹਨਾਂ ਦੇ ਵਿੱਚ ਬੀਬੀਆਂ ਬੈਠੀਆਂ ਨੇ, ਧੀਆਂ ਭੈਣਾਂ ਬੈਠੀਆਂ ਨੇ, ਸਾਰਿਆਂ ਨੂੰ ਕਹਿੰਦੇ ਸਿੱਖੋ। ਜਿੰਨਾ ਵੀ ਤੁਸੀਂ ਸੰਸਾਰ 'ਤੇ ਸਿੱਖ ਲਓਗੇ ਥੋੜ੍ਹਾ ਹੀ ਹੈ, ਇੱਧਰ ਤਾਂ ਨਾਲੇ ਇੱਧਰ ਮਾਲਕ ਨਾਲ ਮਿਲਾਪ ਹੋਏਗਾ, ਨਾਲੇ ਮਿਲਾਪ ਹੋ ਜਾਏਗਾ। 2 ਘੰਟੇ ਦੀ ਕਲਾਸ ਹੁੰਦੀ ਸਾਡੀ, ਕਿੰਨੀ ਹੁੰਦੀ 2, ਬਸ ਕਿਤੇ ਨਾ ਕਿਤੇ 2.5 ਘੰਟੇ ਲੱਗ ਜਾਂਦੇ ਆ, ਬਸ 10:30-11 ਵਜੇ ਤੋਂ ਲੈ ਕੇ 1:30-1:30 ਵਜੇ ਸਾਰੀ ਸਮਾਪਤੀ ਹੋ ਜਾਂਦੀ। ਕਲਾਸ ਲੱਗਣ ਤੋਂ ਬਾਅਦ ਆਪਾਂ ਜਲ ਪਾਣੀ ਛਾ ਕੇ ਘਰ ਉਤਰੀ ਆ ਜਾਣਾ, ਫਿਰ ਐਤਵਾਰ ਆਏਗਾ ਫਿਰ ਕਲਾਸ ਲੱਗੇ। ਸਿੱਖ ਕੇ ਆਪਦੇ ਪਰਿਵਾਰ ਦੇ ਨਾਲ ਆਓ ਅਤੇ ਪਰਿਵਾਰ ਦੇ ਨਾਲ ਹੀ ਵਾਪਸ ਆ ਜਾਓ, ਕੋਈ ਰਹਿਣਾ ਨਹੀਂ ਕਿਸੇ ਨੇ। ਜੇ ਕਿਸੇ ਨੇ ਕੋਈ ਜ਼ਿਆਦਾ ਹੀ ਵਿਚਾਰਾਂ ਕਰਨੀਆਂ ਨੇ ਉਹਨਾਂ ਨੂੰ ਕਹੀਦਾ ਅੱਗੇ ਪਿੱਛੇ ਆ ਜਾਓ ਫੋਨ ਕਰਕੇ। ਉੱਥੇ ਗੁਰਮੁਖ ਸਟੂਡੈਂਟ ਨੇ ਜਿਹੜੇ ਨਾਲ ਕਿਰਪਾ ਮਾਲਕ ਦੀ, ਅਤੇ 15-20-25 ਗੁਰਮੁਖ ਹੁੰਦੇ ਹੀ ਦਿਲ ਬਹੁਤ। ਵੈਸੇ ਤਾਂ ਜੇ ਦੇਖੀਏ ਵਰਡ ਲੈਵਲ 'ਤੇ ਤਾਂ ਕਾਫੀ ਨੇ, ਸਾਰੇ ਕੰਟਰੀਆਂ 'ਚ ਪ੍ਰਚਾਰ ਚੱਲਦਾ, ਇਹ ਨਿਰਸਵਾਰਥ ਚੱਲਦੇ, ਇਹਨੇ ਦੁਨੀਆਂ ਦੀ ਕੋਈ ਲਾਲਚ ਨਹੀਂ ਹੈ, ਕੋਈ ਮਕਸਦ ਨਹੀਂ ਹੈ ਕਿਸੇ ਕਿਸਮ ਦਾ। ਟ੍ਰੇਨਿੰਗ ਦਿੰਦੇ ਹਾਂ, ਟ੍ਰੇਨਿੰਗ ਦੀ ਕੋਈ ਫੀਸ ਨਹੀਂ ਲਈ ਜਾਂਦੀ, ਕੋਈ ਵੀ ਪੇਟਾ ਨਹੀਂ ਲਈ ਜਾਂਦੀ। ਕਹਿੰਦੇ ਸਿੱਖੋ, ਸੱਚੇ ਮਨੋਂ ਸਿੱਖੋ ਅਤੇ ਸੱਚੇ ਮਨੋਂ ਹੀ ਗੱਲ ਸਿਖਾਓ, ਕਿ ਮਨ 'ਚ ਮਹਿਲ ਰੱਖ ਕੇ ਨਾ ਸਿਖਾਓ। ਕਈ ਵਾਰੀ ਕਿਸੇ ਕੋਲ ਆਪਾਂ ਮਕੈਨਿਕ ਹੀ ਸਿੱਖਦੇ ਹਾਂ, ਇੱਕ ਪੁਆਇੰਟ ਰੱਖ ਜਾਂਦਾ ਕਹਿੰਦੇ ਜੀ ਸਾਰੇ ਰੱਖੇ ਤਾਂ ਫਿਰ ਗੇੜੇ ਥੋੜ੍ਹੇ ਤਾਂ ਤੂੰ ਨਾ ਹੋ ਤਾਂ ਮੈਂ ਠੀਕ ਕਰੂੰ, ਕਿਉਂ ਉਸਤਾਦ ਰੱਖ ਲੈਂਦਾ ਨਾ ਪੰਜ, ਆਪਾਂ ਤਾਂ ਉਹ ਵੀ ਨਹੀਂ ਬੈਠੇ, ਆਪਾਂ ਤਾਂ ਉਹ ਵੀ ਸਾਰਾ ਖੋਲ੍ਹਦਾ। ਕਹਿੰਦੇ ਖੁੱਲ੍ਹ ਕੇ ਸਿੱਖ ਲਓ ਜਿੰਨਾ ਸਿੱਖਣਾ, ਤੁਸੀਂ ਸਿੱਖਣ ਵਾਲੇ ਬਣੋ, ਆਪਾਂ ਸਿਖਾਉਣ ਵਾਲੇ ਹੈਗੇ ਹਾਂ, ਠੀਕ ਹੈ। ਇਸ ਕਰਕੇ ਕੀ ਸਿੱਖਣਾ ਕੀ ਹੈ, ਮਾਲਕ ਨੂੰ ਮਿਲਣਾ, ਕਿਹਦੀ ਮਾਲਕ ਨਾਲ ਮਿਲਾਪ ਕਰਨਾ, ਮਿਲਾਪ ਤੋਂ ਬਾਅਦ ਜਿਵੇਂ ਤੁਸੀਂ ਕੀਤਾ ਉਵੇਂ ਦੂਸਰਿਆਂ ਨੂੰ ਗਾਂਹ ਦੱਸਣਾ। ਪਹਿਲੀ ਜਿਹੜੀ ਸ਼ੁਰੂਆਤ ਉਹ ਕਿੱਥੋਂ ਹੁੰਦੀ, ਸਿਮਰਨ ਤੋਂ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਇਹਦਾ ਮਤਲਬ ਕਿ ਬਾਕੀ ਜਿਹੜੇ ਹੋਰ ਕੰਮ ਕਰਦੇ ਹੋ ਨੀਵੇਂ ਆ, ਅਤੇ ਜੇ ਸਾਡੇ ਗੁਰੂ ਨੇ ਕਿਹਾ ਸਿਮਰਨ ਉੱਚਾ ਤਾਂ ਫਿਰ ਕਿਉਂ ਨਾ ਕੀਤਾ ਜਾਏ, ਅਤੇ ਕਰਨਾ ਕਿਵੇਂ ਆ। ਕਹਿੰਦੇ ਰਾਮ ਰਾਮ ਕਰਤਾ ਸਭ ਜਾਗ, ਫਿਰ ਰਾਮ ਨਾ ਪਾਇਆ ਜਾ। ਫਿਰ ਕੀ ਕਹਿੰਦੇ ਕਬੀਰ, ਰਾਮ ਕਹਿਣ ਮੇ ਭੇਦ ਹੈ, ਕਬੀਰ ਰਾਮ ਕਹਿਣ ਮੇ ਭੇਦ ਹੈ, ਤਾਂ ਮੈਂ ਇੱਕੋ ਵਿਚਾਰ, ਸੋਈ ਰਾਮ ਸਭੇ ਕਹੇ ਸੋਈ ਕੌਤਕ ਹਾਰ। ਕੌਤਕ ਹਾਰ ਕਹਿੰਦੇ ਨੇ ਜਿਹੜੇ ਲੋਕ ਸਵੇਰੇ ਉੱਠਣ ਸਾਰ ਮੁੱਖ 'ਤੇ ਜਾ ਕੇ ਇੱਕ ਦੂਸਰੇ ਦੀ ਚੂਲੇ ਦਿੰਦੇ ਆ, ਲੜਾਈਆਂ ਝਗੜੇ ਭਰਾ ਭਰਾ ਨੂੰ ਲੜਾ ਦਿੰਦੇ, ਇਹੋ ਜਿਹੇ ਲੋਕ ਵੀ ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਦੇ ਆ, ਪਰ ਸੋਚ ਕਿੰਨੀ ਗੰਦੀ ਹੈ। ਤਾਂ ਆਪਾਂ ਸਾਫ ਸੋਚ ਰੱਖ ਕੇ ਜੇ 2 ਭਰਾ ਲੜਦੇ ਉਹਨਾਂ ਨੂੰ ਨੇੜੇ ਕਰੋ, ਕਿ ਝਗੜਾ ਨਾ ਕਰਾਓ, ਉਹਨਾਂ ਨੂੰ ਇਕੱਠਿਆਂ ਨੂੰ ਭਾਗ ਕੇ ਸਿਮਰਨ ਕਰਾਓ,
ਉਹਨਾਂ ਦੇ ਵਿਚਾਰ ਖਤਮ ਹੋ ਜਾਣਗੇ ਅਤੇ ਬਾਅਦ 'ਚ ਮੰਨ ਜਾਣਗੇ, ਕਿਉਂਕਿ ਵਿਚਾਰ ਹੀ ਆ ਜਿਹੜੇ ਨਹੀਂ ਮਿਲਦੇ ਹੁੰਦੇ, ਵਿਚਾਰਾਂ ਦਾ ਹੀ ਟਕਰਾਅ। ਪਿਓ ਪੁੱਤ ਦੇ ਵਿਚਾਰ ਮਿਲਦੇ ਆ ਤਾਂ ਰਿਸ਼ਤਾ, ਰਹਿੰਦੇ ਇੱਕੋ ਘਰੇ ਦੇ ਵਿਚਾਰ ਨਹੀਂ ਮਿਲਦੇ ਤਾਂ ਕੋਈ ਰਿਸ਼ਤਾ ਨਹੀਂ। ਇਸੇ ਤਰ੍ਹਾਂ ਦੋਸਤ ਦੋਸਤ ਦੇ ਵਿਚਾਰ ਮਿਲਦੇ ਆ, ਆਉਣਾ ਜਾਣਾ ਬਣਿਆ, ਜਿੱਧਰ ਵਿਚਾਰਾਂ 'ਚ ਟਕਰਾਅ ਹੋ ਗਿਆ ਫਿਰ 25-27 ਸਾਲ ਹੀ ਮਿਲਦੇ ਆ, ਜਿਹੜੇ ਰੋਜ਼ ਮਿਲਦੇ ਸੀ। ਕੀ ਹੋ ਗਿਆ? ਟਕਰਾਅ ਹੋ ਗਿਆ ਵਿਚਾਰਾਂ ਦਾ। ਇਸ ਕਰਕੇ ਮਹਾਰਾਜ ਕਹਿੰਦੇ ਤੁਸੀਂ ਵਿਚਾਰ ਮਾਰੋ। ਜੇ ਤੁਸੀਂ ਮਾਲਕ ਨੂੰ ਮਿਲਣਾ ਤਾਂ ਕਿਵੇਂ ਮਿਲਿਆ ਜੋ? ਵਿਚਾਰ ਮਾਰ ਕੇ। ਵਿਚਾਰ ਜਿਹੜੇ ਬਿਨਾਂ ਵਜ੍ਹਾ ਖਿਆਲ ਆਉਂਦੇ ਆ ਉਹਨਾਂ ਨੂੰ ਵਿਚਾਰ ਕਹਿੰਦੇ। ਮਹਾਰਾਜ ਕਹਿੰਦੇ ਵਿਚਾਰ ਮਾਰੇ ਤਰੇ ਤਾਰੇ ਉਲਟ ਜੂ ਨਾ। ਵਿਚਾਰ ਮਾਰੋ ਤਰ ਜਾਓਗੇ, ਮਾਲਕ ਨੂੰ ਮਿਲ ਲਓਗੇ, ਦੁਬਾਰਾ ਜੂਨ 'ਚ ਨਹੀਂ ਆਵਾਂਗੇ। ਅਤੇ ਵਿਚਾਰ ਮਾਰਨ ਵਾਸਤੇ ਕੀ ਕਰਨਾ? ਬੋ ਇਕੱਠੇ ਬੈਠ ਕੇ ਸੁਣ ਕਰਨਾ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਤਿਸ਼ਾਹ। ਕਹਿੰਦੇ ਗੁਰਮੁਖ ਬੈਠ ਕੇ, ਪਤੀ ਪਤਨੀ ਬੈਠ ਕੇ ਸਿਮਰਨ ਕਰਨ, ਸਾਰਾ ਪਰਿਵਾਰ ਬੈਠ ਕੇ ਸਿਮਰਨ ਕਰਨ, ਬੱਚੇ ਬੈਠ ਕੇ ਸਿਮਰਨ ਕਰੋ, ਤੁਹਾਡੇ ਕਿਸੇ ਕੰਮ 'ਚ ਵਿਘਨ ਨਹੀਂ। ਗਰੰਟੀ ਇਸ ਚੀਜ਼ ਦੀ ਲਿਖ ਕੇ ਦਿੰਦੇ ਹਾਂ, ਕਰਨਾ ਪਊਗਾ, ਰੈਡੀਮੇਡ ਨਹੀਂ ਮਿਲਣਾ। ਅੱਜ ਕੱਲ੍ਹ ਰੈਡੀਮੇਡ ਦਾ ਜ਼ਮਾਨਾ, ਲੋਕ ਰੈਡੀਮੇਡ ਹੀ ਭਾਲਦੇ ਸਾਰਾ ਕੁਛ, ਅਤੇ ਥੋੜ੍ਹਾ ਬਹੁਤ ਤਾਂ ਕਰਨਾ। ਦੇਖੋ ਖਾਣਾ ਖਾਣ ਵਾਸਤੇ ਪਹਿਲਾਂ ਆਪਾਂ ਚੂ ਨੂੰ ਤਿਆਰ ਕਰਦੇ ਹਾਂ, ਪਹਿਲਾਂ ਧੋਨੇ ਹਾਂ, ਫਿਰ ਚੀਰਦੇ ਹਾਂ, ਫਿਰ ਭੋਜਨ ਤਿਆਰ ਹੋ ਕੇ ਥਾਲੀ 'ਚ ਪਾ ਕੇ ਕੋਲ ਆ ਗਿਆ, ਫਿਰ ਵੀ ਮਿਹਨਤ ਕਰਨੀ ਪੈਂਦੀ, ਫਿਰ ਵੀ ਬੁਰਕੀ ਤੋੜਨੀ ਪਊ, ਮੂੰਹ 'ਚ ਪਾ ਕੇ ਚਬਾਉਣੀ ਪਊ, ਫਿਰ ਵੀ ਨਹੀਂ ਗੱਲ ਬਣਦੀ, ਫਿਰ ਅੰਦਰ ਲਗਾਉਣੀ ਪਊ। ਪਰ ਕਰਨਾ ਇੱਧਰ ਵੀ ਮਾਲਕ ਨੂੰ ਮਿਲਣ ਵਾਸਤੇ ਥੋੜ੍ਹੀ ਜਿਹੀ ਹਿੰਮਤ ਕਰਨੀ ਪਊ, ਪਰ ਹੱਟ ਨਹੀਂ ਕਰਨਾ। ਕੀ ਨਹੀਂ ਕਰਨਾ ਜੀ? ਹੱਟ ਨਹੀਂ ਕਰਨਾ, ਪਿਆਰ ਨਾਲ ਸੁਣ ਕਰਨਾ, ਪਿਆਰ ਦੀ ਭਗਤੀ ਕਰਨੀ। ਕਿਹੜੀ ਭਗਤੀ ਕਰਨੀ? ਪਿਆਰ ਵਾਲੀ। ਹਰ ਭਗਤ ਹਰ ਕਾ ਪਿਆਰ ਹੈ, ਕੀ ਕਹਿੰਦੇ ਮਹਾਰਾਜ ਗੁਰਬਾਣੀ 'ਚ? ਹਰ ਭਗਤ ਹਰ ਕਾ ਪਿਆਰ ਹੈ, ਜੇ ਗੁਰਮੁਖ ਕਰੇ ਵਿਚਾਰ। ਕਹਿੰਦੇ ਨੇ ਗੁਰਮੁਖ ਬੈਠ ਕੇ ਵਿਚਾਰ ਕਰਨ, ਹਰੀ ਦੀ ਭਗਤੀ ਪਿਆਰ। ਹੁਣ ਪਿਆਰ ਕਹਿੰਦੇ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਚ ਕਹੂੰ ਸੁਣ ਲਿਓ ਸਭੇ, ਜਿਹਨੂੰ ਪ੍ਰੇਮ ਕੀਓ ਤਹੀ ਪ੍ਰਾਪਤ ਹੈ। ਅਤੇ ਕਿਵੇਂ ਪ੍ਰੇਮ ਕਰਨਾ ਮਾਲਕ ਨੂੰ? ਤੁਹਾਡੇ ਵਾਹਿਗੁਰੂ ਬੋਲਣ ਦੇ ਵਿੱਚ ਲਿਆਕਤ ਹੋਵੇ। ਜਿਵੇਂ ਅਫਸਰ ਨੂੰ ਮਿਲ ਜਾਂਦੇ ਨੇ, ਜੀ ਹਜ਼ੂਰ ਜੀ ਜਨਾਬ, ਕਿੰਨੀ ਮੂੰਹ 'ਚ ਫੁੱਲ ਕਹਿੰਦੇ ਹੁੰਦੇ, ਉਦੋਂ ਵੀ ਇਹ ਕੰਮ ਕਰ ਲਵੇ ਅਸੀਂ, ਤਾਂ ਹੀ ਕਹਿੰਦੇ ਹਾਂ ਜੀ ਜੀ। ਜੇ ਆਪਾਂ ਨੂੰ ਕੰਮ ਹੀ ਨਹੀਂ ਤਾਂ ਆਪਾਂ ਕਦੀ ਕਹਿੰਦੇ ਹੀ ਨਹੀਂ ਕਿ ਕਹਿੰਦੇ ਹਾਂ। ਇਸੇ ਤਰ੍ਹਾਂ ਇੱਧਰ ਸਾਡਾ ਦੁਨੀਆਂ ਦਾ ਵਾਲੀ ਕੌਣ ਹੈ ਜੀ? ਦੁਨੀਆਂ ਬਣਾਉਣ ਵਾਲਾ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ, ਉਹ ਮਾਲਕ। ਉਹਨੂੰ ਪੰਜਾਬੀ 'ਚ ਵਾਹਿਗੁਰੂ ਕਹਿੰਦੇ ਆ, ਹਿੰਦੀ 'ਚ ਰਾਮ ਰਾਮ ਕਹਿੰਦੇ, ਉਰਦੂ 'ਚ ਅੱਲਾ ਕਹਿੰਦੇ, ਅੰਗਰੇਜ਼ੀ 'ਚ ਗੋਡ ਕਹਿੰਦੇ ਆ, ਹੈ ਇੱਕੋ ਹੀ ਆ। ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਹੈ, ਕੋਈ ਸੇਵੇ ਗੁਰਸਈਆਂ, ਕੋਈ ਅੱਲਾ, ਕੋਈ ਅੱਲਾ ਕਹਿੰਦਾ, ਕੋਈ ਗਿਸਾਈ ਕਹਿੰਦਾ, ਕੋਈ ਕੁਛ ਕੋਈ ਕੁਛ। ਦੁਨੀਆਂ 'ਤੇ ਬੜੀ ਭਾਸ਼ਾ ਨੇ, ਉਹਨਾਂ ਭਾਸ਼ਾ ਦੇ ਮੁਤਾਬਕ ਆਪਾਂ ਪੰਜਾਬੀ ਭਾਸ਼ਾ ਗੁਰਮੁਖੀ ਭਾਸ਼ਾ ਵਿੱਚ ਵਾਹਿਗੁਰੂ ਕਹਿੰਦੇ ਹਾਂ। ਅਤੇ ਵਾਹਿਗੁਰੂ ਸਿਮਰਨ ਆਪਾਂ ਕਰਨਾ ਪਿਆਰ ਨਾਲ, ਬੋਲਣ 'ਚ ਅਦਬ ਹੋਵੇ, ਰਿਸਪੈਕਟ ਹੋਵੇ, ਉਹ ਵੀ ਚੱਲ ਮਾਰਿਆ ਵਾਹਿਗੁਰੂ ਵਾਹਿਗੁਰੂ ਨਾ, ਵਾਹਿਗੁਰੂ ਪਿਆਰ ਨਾਲ, ਵਾਹਿਗੁਰੂ ਪਿਆਰ ਨਾਲ ਅੰਦਰ ਉੱਠਦੇ ਜਾਓ। ਆਓ ਫਿਰ ਸਾਰੇ ਜਾਣੇ ਦੇਖੋ ਅਤੇ ਸੁਣੋ, ਮੈਂ ਦੱਸਾਂ ਕਿਵੇਂ ਕਰਨਾ। ਅੰਤਰ ਗੁਰੂ ਅਰਾਧਨਾ,
ਮੇਰਾ ਜਪ ਗੁਰੂ ਨਾਮ ਨੇ ਪ੍ਰੀ ਸਤਿਗੁਰੂ ਪ੍ਰੇਰਨਾ ਕਰਨ ਦੀ ਸੁਣਨਾ ਕਿਵੇਂ ਕਿਵੇਂ? ਸਭ ਤੋਂ ਪਹਿਲਾਂ ਅੱਖਾਂ ਬੰਦ ਕਰੋ, ਸਰੀਰ ਨੂੰ ਢਿੱਲਾ ਰੱਖੋ, ਚਾਹੇ ਚੌਂਕੜੀ ਮਾਰੋ, ਚਾਹੇ ਲੱਤ ਖੋਲ ਲਓ, ਚਾਹੇ ਸੋਫੇ 'ਤੇ ਬੈਠ ਜਾਓ, ਚਾਹੇ ਮੰਜੇ 'ਤੇ ਬੈਠ ਜਾਓ, ਧੋ ਲਾ ਲਓ। ਜਿਵੇਂ ਇਹ ਸੌਖਾ ਹੈ ਉਹਨੂੰ ਉਵੇਂ ਰੱਖੋ ਸਰੀਰ ਨੂੰ, ਕਿਉਂ ਭਗਤੀ ਇਹਨੇ ਨਹੀਂ ਕਰਦੀ। ਭਗਤੀ ਕਹਿੰਦੇ ਕਹਿੰਦੇ ਜਿਹੜਾ ਚਿੰਬਦਾ ਨਹੀਂ ਮਨ, ਜਿਹੜਾ ਡਾਰੀ ਮਾਰ ਦਿੰਦਾ। ਬਾਡੀ ਨੂੰ ਢਿੱਲਾ ਰਿਲੈਕਸ, ਅੱਖਾਂ ਨੂੰ ਢਿੱਲਾ। ਇੱਥੋਂ ਤੁਸੀਂ ਦੋ ਨੇ, ਇੱਥੋਂ ਤੁਸੀਂ ਆ ਨਾਗਰੀ ਲੋਕ ਦੇ ਅਗਲੇ ਪਾਸੇ ਇੱਥੇ ਦੇਖਣਾ, ਸਪੇਸ ਨੂੰ ਦੇਖਣਾ। ਕਿਹਨੂੰ ਦੇਖਣਾ? ਫਿੱਕਾ ਜਿਹਾ ਹਨੇਰਾ ਦਿਖਦਾ, ਪਹਿਲਾਂ ਮੂਹਰਾ ਦਿਖਦਾ, ਫਿਰ ਹੌਲੀ ਹੌਲੀ ਦੇਖੀ ਜਾਓ, ਦੇਖੀ ਜਾਓ ਫਿੱਕਾ। ਇੱਥੇ ਦੇਖਦਿਆਂ ਹੋਇਆਂ ਫਿਰ ਆਵਾਜ਼ ਦੇਣੀ ਆ ਪਿਆਰ ਨਾਲ, ਦੇਖਦਿਆਂ ਹੋਇਆਂ ਦੇਖਣਾ ਨਹੀਂ ਛੱਡਣਾ। ਵਾਹੇ ਬੋਲ ਕੇ ਵਾਹੇ ਸੁਣ ਲੈਣਾ, ਗੁਰੂ ਬੋਲ ਕੇ ਨਾਲ ਹੀ ਗੁਰੂ ਸੁਣ ਲੈਣਾ, ਕੰਨਾਂ ਨੂੰ ਸੁਣਾਈ ਜਾਣਾ, ਰਸਨਾਂ ਨੂੰ ਬੋਲੀ ਜਾਣਾ। ਇਸ ਤਰ੍ਹਾਂ ਵਾਹ ਇਸ ਤਰ੍ਹਾਂ ਸਮਝ ਲੱਗੀ ਜੀ ਸਰ? ਜੇ ਕਿਸੇ ਨੂੰ ਨਹੀਂ ਸਮਝ ਲੱਗੀ ਦੁਬਾਰਾ ਪੁੱਛ ਲਓ, ਲੱਗੀ ਨਾ ਸਮਝ ਜੀ? ਹੁਣ ਸਿਮਰਨ ਆਪਾਂ ਕੀਤਾ, ਪਹਿਲਾਂ ਆਪਾਂ ਸਲੋਅ ਕੀਤਾ, ਫਿਰ ਤੇਜ਼ ਹੋ ਗਈ, ਤੇਜ਼ ਤੋਂ ਬਾਅਦ ਫਿਰ ਸਲੋਅ ਹੋਏ, ਫਿਰ ਆਪਾਂ ਧਿਆਨ 'ਚ ਕਰ ਜਾਣਾ। ਜਿਵੇਂ ਗੁਰਮੁਖਾਂ ਨੇ ਆਪਾਂ ਨੂੰ ਕਮਿਸ਼ਰੀ ਸੁਣਾਈ ਸੀ ਨਾ, ਵੀ ਪਹਿਲਾਂ ਗਿਆਨ ਫਿਰ ਧਿਆਨ, ਮਾਲਕ ਦਾ ਧਿਆਨ, ਮਾਲਕ ਦਾ ਗਿਆਨ। ਹੁਣ ਆਪਾਂ ਗਿਆਨ ਅੱਗੇ ਕੀਤਾ ਜੀ, ਆਪਾਂ ਗਿਆਨ ਸਾਂਝਾ ਕੀਤਾ ਮਹਾਰਾਜ ਦੀ ਬਾਣੀ 'ਚ, ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਹੁਣ ਗੁਰਬਾਣੀ ਗੁਰੂ ਕਹਿੰਦੇ ਜੇ ਰੱਬ ਨੂੰ ਮਿਲਣਾ ਤਾਂ ਧਿਆਨ 'ਚ ਮਿਲਣਾ ਪਊ। ਸਭ ਤੋਂ ਪਹਿਲਾਂ ਕੀ ਕਹਿੰਦੇ? ਧੁੰਨ ਮੇ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਫਿਰ ਜਦੋਂ ਆਪਾਂ ਵਾਹੇ ਅਤੇ ਗੁਰੂ ਦਾ ਸਿਮਰਨ ਕਰਦੇ ਗਏ, ਕੰਨਾਂ ਨੂੰ ਸੁਣਦੇ ਗਏ, ਸੁਣ ਲਓ ਸਾਡਾ ਧੁੰਨ 'ਚ ਧਿਆਨ, ਉਸ ਤੋਂ ਬਾਅਦ ਆਪਾਂ ਸਾਇਲੈਂਟ ਹੋ ਜਾਣਾ ਹੈ, ਬੁੱਲ ਬੰਦ, ਮੂੰਹ ਬੰਦ, ਨਾ ਬੋਲਣਾ, ਨਾ ਅੰਦਰ ਮਹਿਸੂਸ ਕਰਨਾ, ਸਿਰਫ ਇੱਥੇ ਦੇਖੀ ਜਾਣਾ। ਇਹਨੂੰ ਕਹਿੰਦੇ ਧਿਆਨ 'ਚ ਬੈਠਣਾ। ਇਹਦੇ ਬਾਰੇ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ, ਧਿਆਨ ਧਰੋ ਤੈ ਕੋ ਮਨ ਮੈਂ, ਜਹ ਕੋ ਅਵਤੋਜ ਸਭੇ ਜਗ ਛਾਇਓ। ਕਹਿੰਦੇ ਜਿਹੜਾ ਸਾਰੀ ਦੁਨੀਆਂ ਦੇ ਉੱਤੇ ਛਾਇਆ, ਕਹਿੰਦੇ ਉਹਦਾ ਧਿਆਨ ਕਰੋ ਮਨ 'ਚ, ਅਤੇ ਮਨ ਕਿੱਥੇ ਆ? ਨੇਤਰਾਂ ਦੇ ਵਿੱਚ। ਆਓ ਫਿਰ ਉਸ ਮਾਲਕ ਦਾ, ਫਿਰ ਆਪਾਂ ਬਾਅਦ ਵਿੱਚ ਜਦੋਂ ਸਾਇਲੈਂਟ ਬੋਲਾਂਗੇ ਨਾ, ਵੀ ਹੁਣ ਅੰਤਰਗਤ ਹੋ ਜਾਓ, ਚੁੱਪ ਕਰ ਦਿਓ, ਫਿਰ ਤੁਸੀਂ ਅੱਖਾਂ ਨਹੀਂ ਖੋਲ੍ਹਣੀਆਂ, ਅੱਖਾਂ ਬੰਦ ਹੀ ਰੱਖਣੀਆਂ ਨੇ, ਬੰਦ ਰੱਖੀਆਂ ਅਤੇ ਅੱਗੇ ਚੁੱਪ ਕਰਕੇ ਦੇਖਣਾ ਸ਼ੁਰੂ ਕਰ। ਦੇਖੀ ਤਾਂ ਆਪਾਂ ਪਹਿਲਾਂ ਵੀ ਜਾਣਾ, ਫਿਰ ਉਸ ਤੋਂ ਬਾਅਦ ਜਦੋਂ ਅੱਖਾਂ ਖੋਲ੍ਹਣੀਆਂ ਨੇ, ਯਕਦਮ ਅੱਖਾਂ ਐਂ ਨਹੀਂ ਖੋਲ੍ਹਣੀਆਂ, ਸਾਰੀਆਂ ਨਹੀਂ ਅੱਖਾਂ ਖੋਲ੍ਹਣੀਆਂ, ਠੀਕ ਹੈ? ਥੋੜ੍ਹੀ ਜਿਹੀ ਅੱਖ ਖੋਲ੍ਹ ਕੇ ਇੱਥੇ ਦੇਖਣਾ, ਸਾਰਿਆਂ ਨੇ ਆਪਾਂ, ਮੈਂ ਇੱਥੇ ਦੇਖਣਾ, ਤੁਸੀਂ ਵੀ ਆਪਦੇ ਇੱਥੇ ਦੇਖਣਾ, ਇੱਥੇ ਦੇਖਦੇ ਹੋਇਆਂ, ਇੱਥੇ ਦੇਖ ਕੇ ਅੱਖਾਂ ਖੋਲ੍ਹਣੀਆਂ, ਸਾਹਮਣੇ ਨਹੀਂ ਦੇਖਣਾ, ਇੱਥੇ ਦੇਖਦਿਆਂ ਮੈਂ ਤੂੰ ਪ੍ਰਕਾਸ਼ ਮਾਰਗ ਦਰਸ਼ਨ ਦਿੰਦਾ। ਦੋਇ ਦੋਇ ਲੋਚਨ ਪੇਖਾਂ, ਹਰ ਬਿਨ ਔਰ ਨਾ ਦੇਖਾਂ। ਆਓ ਸਾਰੇ ਗੁਰਮੁਖ, ਤੁਸੀਂ ਪਿਆਰ ਨਾਲ ਆਏ ਹੋ, ਮਾਲਕ ਨੇ ਵਿਧੀ ਬਣਾਈ ਹੈ, ਗੁਰਮੁਖ ਪਰਿਵਾਰ ਨੇ ਘਰੇ ਸਮਾਗਮ ਰੱਖਿਆ ਹੈ, ਉਹੀ ਮਾਲਕ ਹੀ ਪੁਰਨਾ ਬਣਾਉਂਦਾ ਹੈ। ਉਹਨਾਂ ਨੂੰ ਜਿਹਨਾਂ ਨੂੰ ਉਹਨੇ ਲਿਆਉਣਾ ਸੀ ਉਹੀ ਆ ਕੇ ਬੈਠਿਆ, ਸੱਦਾ ਤਾਂ ਹੋਰ ਵੀ ਦਿੱਤਾ, ਉਹ ਕਈ ਨਹੀਂ ਆਏ, ਕਿਉਂਕਿ ਜਿਹਨਾਂ ਨੂੰ ਸੱਦਣਾ ਉਹਨਾਂ ਨੂੰ ਪੁਰਨਾ ਬਣਾ ਦਿੰਦਾ ਵੀ ਚਲੋ ਚੱਲੀ ਹਨ, ਅਤੇ ਯਾਦ ਲਾ ਦਿੰਦਾ, ਕਈਆਂ ਨੂੰ ਚੇਤਾ ਭੁਲਾ ਦਿੰਦਾ, ਹੈ ਨਾ, ਕਈ ਨੇੜਿਓ ਨਹੀਂ ਆਉਂਦੇ, ਕਈ ਦੂਜੇ ਪਾਸੇ ਤੋਂ ਆ ਜਾਂਦੇ। ਇਸ ਕਰਕੇ ਮਾਲਕ ਨੇ ਤੁਹਾਨੂੰ ਸੰਗਤ ਵਿੱਚ ਲਿਆ ਕੇ ਬਹਾਇਆ ਹੈ, ਆਪੇ ਸੰਗਤ
ਸਾਧ ਬਹਾਲੇ ਆਪੇ ਵਿਦਾ ਰਹਿੰਦਾ। ਆਓ ਫਿਰ ਆਪਾਂ ਸਾਰੇ ਸੰਗਤ ਵਿੱਚ ਮਾਲਕ ਦਾ ਨਾਮ ਜਪੀਏ। ਸਾਰੇ ਤੁਸੀਂ ਸਮਝ ਗਏ, ਅੱਖਾਂ ਬੰਦ ਕਰ ਲਓ ਜੀ। ਅੰਤਰ ਗੁਰੂ ਅਰਾਧਨਾ ਹੈ, ਅੱਖਾਂ ਬੰਦ ਕਰਕੇ ਪਿਆਰ ਨਾਲ ਇੱਥੇ ਦੇਖਦੇ ਹੋਇਆਂ ਨੇ ਸਿਮਰਨ ਕਰਨਾ ਕਰੋ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ।